ਈਵਨਿੰਗ एवरीवन ਗਿਲਜ 멘ਟਰ ਦੇ ਆਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ ਹਾਂ ਔਰ ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਰੀਜਨਿੰਗ ਦੀ ਬਹੁਤ ਹੀ ਖੂਬਸੂਰਤ ਕਲਾਸ ਕਰਨ ਜਾ ਰਹੇ ਹਾਂ ਔਰ ਰੀਜਨਿੰਗ ਦੀਆਂ ਓਵਰਆਲ ਸੀ ਲਗਭਗ ਮੈਂ ਕਹਿ ਸਕਦਾ ਹਾਂ ਕਿ 50% ਸਿਲੇਬਸ ਕਵਰ ਕਰਨ ਦੀਆਂ ਕਲਾਸਿਸ ਕਰ ਚੁੱਕੇ ਹਾਂ ਔਰ ਇਹਨਾਂ ਦੇ ਸਬੰਧ ਚ ਤੁਹਾਨੂੰ ਬੀਿੰਗ ਅ ਪ੍ਰੈਕਟਿਸ ਵਾਸਤੇ ਮੈਂ ਆਲਰੇਡੀ ਕਹਿ ਚੁੱਕਿਆ ਹਾਂ ਕਿ ਤੁਹਾਡੇ ਕੋਲੇ ਕੋਈ ਵੀ ਬੁੱਕ ਹੈ ਤਾਂ ਤੁਸੀਂ ਮੇਰੇ ਕੋਰਸਸ ਦੇ ਨਾਲ ਨਾਲ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਅਗਰ ਤੁਸੀਂ ਸਪੈਸ਼ਲ ਪੰਜਾਬ ਪਟਵਾਰੀ ਇਹ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਰੀਜਨਿੰਗ ਦੀ ਕੰਬਾਈਨਡ ਇੱਕ ਬੁੱਕ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ giljmentortest.com ਸਾਡੀ ਆਫੀਸ਼ੀਅਲੀ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਬੁੱਕਸ ਵੀ ਡਾਊਨਲੋਡ ਕਰ ਸਕਦੇ ਹੋ ਬਹੁਤ ਸਾਰੀਆਂ ਅਸੀਂ ਮਟੀਰੀਅਲਸ ਉੱਥੇ ਰੈਗੂਲਰਲੀ ਅਸੀਂ ਅਪਡੇਟ ਕਰ ਰਹੇ ਹਾਂ ਇਹਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਜਲਦੀ ਇੱਕ ਬਹੁਤ ਵੱਡਾ ਇੱਕ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਆ ਰਹੇ ਹਾਂ ਬਹੁਤ ਜਲਦੀ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਟੂਡੈਂਟਸ ਹੈ ਯਾਰ ਟੜਾਟੜ ਟੜਾਟੜ ਸਾਡੇ ਨਾਲ ਜੁੜੋ ਤਾਂਕਿ ਤੁਹਾਨੂੰ ਡੈਫੀਨਿਟਲੀ ਡੈਫੀਨਿਟਲੀ ਕਿਤੇ ਵੀ ਨਹੀਂ ਜਾਣਾ ਪਏਗਾ ਪੰਜਾਬ ਦੀ ਪ੍ਰੀਪਰੇਸ਼ਨ ਕਰਨ ਵਾਸਤੇ ਸਾਨੂੰ ਪਤਾ ਆ ਕਿ ਪੰਜਾਬ ਦੀ ਗਵਰਨਮੈਂਟ ਤੇ ਬਹੁਤ ਵੱਡਾ ਪ੍ਰੈਸ਼ਰ ਹੈ ਠੀਕ ਹੈ ਹਜੇ ਤੱਕ ਕੋਈ ਵੀ ਆਪਾਂ ਕਹਿ ਸਕਦੇ ਹਾਂ ਵੱਡੇ ਸਤਰ ਦੀ ਕੋਈ ਭਰਤੀ ਨਹੀਂ ਆਈ ਹੈ ਲੇਕਿਨ ਐਸ ਸੋਨ ਐਜ਼ ਪੋਸੀਬਲ ਇਹਨਾਂ ਨੂੰ ਭਰਤੀਆਂ ਤਾਂ ਕਰਨੀਆਂ ਪੈਣਗੀਆਂ ਠੀਕ ਹੈ ਤਾਂ ਆਖਿਰ ਸਰਕਾਰ ਕੋਲ ਲਗਭਗ 2 ਸਾਲ ਰਹਿ ਗਏ ਐ ਇਸ ਹਕੀਕਤ ਨੂੰ ਬਿਲਕੁਲ ਭੁੱਲੋ ਨਾ ਇਸ ਹਕੀਕਤ ਨੂੰ ਪੁੱਲੋਨਾ ਪੋਸਟਾਂ ਦੇਣੀਆਂ ਪੈਣਗੀਆਂ ਲੇਕਿਨ ਇਹ ਨਾ ਹੋਵੇ ਕਿ ਤੁਸੀਂ ਇਸ ਸਾਰੀ ਜੁੰਡਲੀ ਬਾਜੀ ਚ ਆਪਣੇ ਆਪ ਦਾ ਕੈਰੀਅਰ ਖਰਾਬ ਕਰ ਲਓ ਤੁਸੀਂ ਤਿਆਰੀ ਕਰੋ ਯਾਰ ਤੁਸੀਂ ਸਭ ਚੀਜ਼ਾਂ ਖਤਮ ਕਰ ਦਿਓ ਚੈਨਲ ਤੇ ਬਹੁਤ ਕੁਝ ਤੁਹਾਨੂੰ ਮਿਲੇਗਾ ਆਪਣੀ ਖੂਬਸੂਰਤੀ ਤਰੀਕੇ ਨਾਲ ਤਿਆਰੀ ਕਰੋ ਮਟੀਰੀਅਲ ਤੁਹਾਨੂੰ ਰੈਗੂਲਰਲੀ ਦਿੱਤਾ ਜਾ ਰਿਹਾ ਹੈ ਲੇਕਿਨ ਬਾਕੀ ਕੰਮ ਸਾਡਾ ਜਾਂ ਤੁਸੀਂ ਵਸ ਤਿਆਰੀ ਕਰੋ ਠੀਕ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਅਨੇ ਇੰਪੋਰਟੈਂਟ ਅਪਡੇਟਸ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇਗੀ ਅਗਰ ਟੈਲੀਗ੍ਰam ਗਰੁੱਪ ਦੇ ਵਿੱਚ ਕੋਈ ਵੀ ਕੈਂਡੀਡੇਟ ਅਨੇਬਲ ਹੈ ਜੁੜਨ ਤੋਂ ਤਾਂ ਤੁਸੀਂ ਡਾਇਰੈਕਟ ਟੈਲੀਗ੍ਰam ਬਾਕਸ ਦੇ ਵਿੱਚ ਸਰਚ ਕਰ ਸਕਦੇ ਹੋ ਪੰਜਾਬ ਐਗਜ਼ਾਮ ਅਡਾ ਤਾਂ ਤਦ ਵੀ ਤੁਹਾਨੂੰ ਗਿਲਜ਼ ਮੈਂਟਰ ਮਿਲ ਜਾਏਗਾ ਔਰ ਗਿਲਜ਼ ਮੈਂਟਰ ਤੇ ਵੀ ਤੁਸੀਂ ਸਰਚ ਕਰ ਦੋਗੇ ਤਾਂ ਤਦ ਵੀ ਤੁਹਾਨੂੰ ਗਿਲਜ਼ ਮੈਂਟਰ ਮਿਲ ਜਾਏਗਾ ਠੀਕ ਹੈ ਮਿਸ਼ਨ ਪੰਜਾਬ ਪਟਵਾਰੀ 90 ਦਿਨ 2020 ਦੇ ਤਹਿਤ ਰੀਜ਼ਨਿੰਗ ਦੀ ਕਲਾਸ ਅੱਠਵੀਂ ਕਰਾਂਗੇ ਔਰ ਅੱਜ ਅਸੀਂ ਕਰਨ ਜਾ ਰਹੇ ਹਾਂ ਮਿਰਰ ਇਮੇਜ ਦੇ ਕੁਐਸਚਨ ਠੀਕ ਹੈ ਔਰ ਬਾਕੀ ਆਪੇ ਫਿਰ ਅਸੀਂ ਕੱਲ ਕਰਾਂਗੇ ਦੇਖੋ ਅੱਜ ਕੁਝ ਮੈਂ ਤੁਹਾਨੂੰ ਟਾਈਮ ਟੇਬਲ ਵੀ ਦੱਸ ਦੇਣਾ ਤੁਹ ਕੁਝ ਅਪਕਮਿੰਗ ਜੋ ਆਪਣਾ ਸਿਲੇਬਸ ਕਿਦਾਂ ਕੁਝ ਕਵਰ ਕਰਾਂਗੇ ਆਪਾਂ ਔਰ ਕੀ ਕੁਝ ਸਿਹਦਾਇਤਾ ਰਹਿਣੀ ਹੈ ਇਸ ਪਾਰਟਿਕੂਲਰ ਇਗਜ਼ਾਮ ਦੇ ਤਹਤ ਮੈਂ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰ ਦਿੰਨਾ ਆ ਠੀਕ ਹੈ ਖਾਸ ਤੌਰ ਤੇ ਯਾਦ ਰੱਖਿਓ ਤੁਸੀਂ ਕਿ ਅੱਜ ਜਿਵੇਂ ਮਿਰਰ ਇਮੇਜ ਕੀਤਾ ਆ ਇਸ ਤੋਂ ਬਾਅਦ ਆਪਾਂ ਕਰਾਂਗੇ ਵਾਟਰ ਇਮੇਜ ट्रिक्स ਨਾਲ ਕਰਾਵਾਂਗਾ ওয়াটার ইমেজ ਤੋਂ ਬਾਅਦ ਆਪਾਂ ਕਰਾਂਗੇ ਡਾਈਸ ਦੇ ਕੁਐਸਚਨ ਫਿਰ ਆਪਾਂ ਕਰਾਂਗੇ ਕਯੂਬ ਦੇ ਅਤੇ ਕਯੂਬੋਰਡ ਦੇ ਕੁਐਸਚਨ ਠੀਕ ਹੈ ਔਰ ਖਾਸ ਤੌਰ ਤੇ ਯਾਦ ਰੱਖੋ ਕਿ ਜਿੰਨੇ ਵੀ ਅਦਰ ਜੋ ਗੁਰੂਜਨ ਵੀ ਸਾਡੇ ਨਾਲ ਜੁੜੇ ਹੈ ਤੇ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਲਗਭਗ ਪੰਜਾਬ ਗਵਰਨਮੈਂਟ ਪਲੱਸ 3000 ਪੋਸਟਾਂ ਕੱਢੇਗੀ ਔਰ ਇਹਨਾਂ ਦਾ ਲਿਖਤੀ ਪੇਪਰ ਹੋਏਗਾ ਔਰ ਅੱਜ ਜਿਹੜੀਆਂ ਕੀ ਮੈਂ ਕਹਿ ਸਕਦਾ ਕਿ ਫੂਡ ਸੇਫਟੀ ਦੀਆਂ ਪੋਸਟਾਂ ਆਈਆਂ ਫੂਡ ਸੇਫਟੀ ਆਫੀਸਰਸ ਦੀਆਂ ਪੋਸਟਾਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਰਿਟਰਨ ਪੇਪਰ ਦੀ ਤਿਆਰੀ ਕਰਨੀ ਪਵੇਗੀ ਤਾਂ ਦਰਹਾਲ ਸਾਰੇ ਟੌਪਿਕਸ ਕਵਰ ਕਰਾਂਗੇ ਇਸ ਤੋਂ ਬਾਅਦ ਆਪਾਂ ਜਿਹੜੇ ਮੇਨ ਮੇਨ ਟੌਪਿਕਸ ਜਿਹੜੇ ਨੇ ਦੇਖੋ ਅਸੀਂ ਕਰ ਕੀ ਲਿਆ ਵਾ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਅਸੀਂ ਅਲਫਾਬੈਟ ਨੂੰ ਕਵਰ ਕਰ ਲਿਆ ਕੋਡਿੰਗ ਡੀਕੋਡਿੰਗ ਕਵਰ ਕਰ ਲਈ ਹੈ ਡਾਇਰੈਕਸ਼ਨ ਕਵਰ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਡਾਇਰੈਕਸ਼ਨ ਦੇ ਨਾਲ-ਨਾਲ ਅਸੀਂ ਜੋ ਕਵਰ ਕੀਤਾ ਡਿਸਟੈਂਸ ਦੇ ਸਬੰਧਿਤ ਡਾਇਰੈਕਸ਼ਨ ਡਿਸਟੈਂਸ ਦੋਨੋਂ ਕਵਰ ਕਰ ਚੁੱਕੇ ਹਾਂ ਬਲੱਡ ਰਿਲੇਸ਼ਨ ਕਰ ਚੁੱਕੇ ਹਾਂ ਠੀਕ ਹੈ ਜੋ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ੜਾੜਾ ੜਿਥੋਂ ਕੁਐਸਚਨਸ ਹੁੰਦੇ ਨੇ ਰਾਈਟ ਹੈ ਔਰ ਅੱਜ ਅਸੀਂ ਜੋ ਟਾਪਿਕ ਹੈ ਜੋ ਵਾਟਰ ਇਮੇजेस ਦੇ ਸਬੰਧ ਵਿੱਚ ਅਸੀਂ ਨਹੀਂ ਕਰਕੇ ਬਲਕਿ ਮਿਰਰ ਇਮੇजेस ਕਰਾਂਗੇ ਔਰ ਅਪਕਮਿੰਗ ਜੋ ਸਾਡਾ ਇਹ ਸਾਡਾ ਅਪਕਮਿੰਗ ਸਟਰਕਚਰ ਹੈ ਜੋ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਜੇ ਤੁਸੀਂ ਲਾਈਵ ਕਲਾਸ اٹੈਂਡ ਨਹੀਂ ਕਰ پا ਰਹੇ ਹੋ ਤੁਹਾਡਾ ਦੋਸਤ ਤੁਹਾਡਾ ਫਰੈਂਡ ਤੁਹਾਡਾ ਮਿੱਤਰ ਤੁਹਾਡਾ ਕੋਈ ਬਹੁਤ ਜ਼ਿਆਦਾ ਉਹ ਵਾਲਾ ਵੀ ਸਮਝ ਸਕਦੇ ਹੋ ਤੁਸੀਂ ਠੀਕ ਹੈ ਜੇ ਜੁੜਿਆ ਆ ਤਿਆਰੀ ਕਰਨਾ ਚਾਹੁੰਦੇ ਹੋ ਘਰ ਬੈਠੇ ਹੋ ਠੰਡ ਚ ਨਹੀਂ ਜਾਇਆ ਜਾਂਦਾ ਮੰਨਦੇ ਕਿ ਚਿਲਚਿਲ ਕਰਨਾ ਛੱਡ ਦਿਓ ਠੀਕ ਹੈ ਤੇ ਇਹ ਤੁਹਾਡੀਆਂ ਅਪਕਮਿੰਗ ਜੋ ਕਨਸੈਪਟ ਰਹਿਣਗੇ ਇਸ ਤੋਂ ਬਾਅਦ ਆਪਾਂ ਕਰਾਂਗੇ ਸਲੋਕ ਦੇ ਕੁਐਸਚਨ ਕਰਾਂਗੇ ਖਾਸ ਤੌਰ ਤੇ ਪੀਪੀਐਸਸੀ ਇਗਜ਼ਾਮ ਨੂੰ ਮੱਧਿਆ ਨਜ਼ਰ ਰੱਖ ਕੇ ਕਰਾਂਗੇ ਨੰਬਰ 5 ਦੇ ਉੱਪਰ ਆਪਾਂ ਕਰਾਂਗੇ ਸਿਟਿੰਗ ਅਰੇਂਜਮੈਂਟ ਕਰਾਂਗੇ ਸਿਟਿੰਗ ਅਰੇਂਜਮੈਂਟ ਦੇ ਵਿੱਚ ਸਾਰੇ ਤਰੀਕੇ ਦੇ ਕੁਐਸਚਨ ਕਰਾਵਾਂਗਾ ਇਨਕਲੂਡਿੰਗ ਐਸਬੀੀ ਇਗਜ਼ਾਮ ਨੂੰ ਵੀ ਮੱਧਿਆ ਨਜ਼ਰ ਰੱਖ ਕੇ ਕਰਾਵਾਂਗਾ ਠ ਸਿਟਿੰਗ ਅਰੇਂਜਮੈਂਟ ਤੋਂ ਬਾਅਦ ਆਪਣੇ ਕਨਸੈਪਟ ਸ਼ੁਰੂ ਹੋ ਜਾਣਗੇ ਪਜਲ ਦੇ ਪਜਲ ਦੇ ਵਿੱਚ ਬਹੁਤ ਸਾਰੇ ਕਨਸੈਪਟ ਕਵਰ ਕਰਾਂਗੇ ਔਰ ਇਹਦੇ ਵਿੱਚ ਵਿੱਚ ਜਿਹੜੇ ਬੇਸਿਕ ਕਨਸੈਪਟ ਨਹੀਂ ਉਹਨਾਂ ਨੂੰ ਰਿਵੀਜ਼ਨ ਕਰਾਂਗੇ ਅਤੇ ਤੁਹਾਨੂੰ ਇਹ 20 20 ਵੀ ਕੁਐਸਚਨਾਂ ਦਾ ਸੈੱਟ ਵੀ ਤੁਹਾਡੇ ਤੱਕ ਰੈਗੂਲਰਲੀ ਪਹੁੰਚਦਾ ਰਹੇਗਾ ਠੀਕ ਹੈ ਤਾਂ ਸ਼ੇਅਰ ਕਰ ਦਿਓ ਦੇਖੋ ਸਭ ਤੋਂ ਪਹਿਲਾਂ ਕੀ ਸਮਝਣਾ ਹੈ ਕੁਝ ਨਹੀਂ ਕਰਨਾ ਤੁਸੀਂ ਸਭ ਕੁਝ ਖਤਮ ਕਰ ਦਿਓ ਸਿਰਫ ਸਕਰੀਨ ਤੇ ਫੋਕਸ ਕਰੋ ਯਾਰ ਸਕਰੀਨ ਤੇ ਦੇਖਣਾ ਔਰ ਕੁਝ ਨਹੀਂ ਦੇਖਣਾ ਤੁਸੀਂ ਦੇਖੋ ਦਰਅਸਲ ਕੀ ਕਨਸੈਪਟ ਹੈ ਕਿ ਅਗਰ ਮੇਰੇ ਕੋਲੇ ਕੜੀ ਹੈ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਇਹਦਾ ਇੱਕੋ ਚੁਟਕਲਾ ਯਾਦ ਰੱਖਣਾ ਹੈ ਬਸ ਚੁਟਕਲਾ ਇਹ ਯਾਦ ਰੱਖਣਾ ਹੈ ਕਿ ਅਗਰ ਤੁਹਾਡੇ ਕੋਲੇ ਜਿਵੇਂ b ਹੈ ਇਦਾਂ ਠੀਕ ਹੈ ਔਰ ਮਿਰਰ ਹਮੇਸ਼ਾ ਕਿਧਰ ਹੋਏਗਾ ਇਦਾਂ ਚੱਲੇਗਾ ਠੀਕ ਹੈ ਮਿਰਰ ਦੇ ਇਧਰ ਚੱਲੇਗਾ ਤੁਸੀਂ ਇੰਜ ਕਰੋ ਵੀ ਤੁਸੀਂ ਇਧਰ ਮੂੰਹ ਕਰਕੇ ਖੜੇ ਹੋ ਜਦੋਂ ਤੁਸੀਂ ਲਾਈਕ ਤੁਸੀਂ ਮਿਰਰ ਦੇ ਵਿੱਚ ਦੇਖੋਗੇ ਨਾ ਤੁਹਾਡਾ ਫੇਸ ਸਾਹਮਣੇ ਹੋਏਗਾ ਇਹ ਚੀਜ਼ ਹੋਏਗਾ ਲੇਕਿਨ ਜਦੋਂ ਆਪਣੇ ਸਾਹਮਣੇ ਕੋਈ ਪਿਕਚਰ ਹੋਏਗੀ ਤਾਂ ਬੀ ਦੀ ਇਮੇਜ ਬੀ ਨੂੰ ਚੁੱਕ ਕੇ ਪਲਟਾ ਮਾਰਾਂਗੇ ਤਾਂ ਬੀ ਦੀ ਇਮੇਜ ਦਰਸਲ ਇੰਜ ਬਣ ਜਾਏਗੀ ਬਸ ਇੰਨੀ ਚੀਜ਼ ਜਿਸ ਨੂੰ ਯਾਦ ਹੈ ਨਾ ਔਰ ਕੁਝ ਵੀ ਨਹੀਂ ਹੈ ਦੇਖੋ ਇੱਕ ਡਾਇਰੈਕਟਰ ਹੁੰਦਾ ਹੈ ਨਾ ਉਹ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਡਾਇਰੈਕਸ਼ਨ ਕਰਦਾ ਹੈ ਕਿ ਮੈਂ ਅੱਜ ਮੇਰੇ ਜਿਹੜੇ ਕੋ ਸਟਾਰਸ ਨੇ ਜਾਂ ਮੈਂ ਜੋ ਐਕਟਰ ਐਕਟ੍ਰੈਸਸ ਹੈ ਉਹਨਾਂ ਤੋਂ ਇਦਾਂ ਦੇ ਸੀਨ ਕਰਾਉਣੇ ਆ ਲਾਈਕ ਦਰਸਲ ਤੁਸੀਂ ਵੀ ਆਪਣੇ ਮਾਈਂਡ ਦੇ ਅੰਦਰ ਨਾ ਰੀਜਨਿੰਗ ਦੇ ਇੱਕ ਖਾਸ ਤੌਰ ਤੇ ਬਿਲਕੁਲ ਇਹ ਹਲਕੇ ਜਿਹੇ ਟੌਪਿਕਸ ਨੂੰ ਇਮੇਜਿਨੇਸ਼ਨ ਕਰੋ ਠੀਕ ਹੈ ਚਲੋ ਦੂਜਾ ਤਰੀਕਾ ਦੇਖਦੇ ਹਾਂ ਇਹ ਵਾਲਾ ਤੁਹਾਨੂੰ ਬੈਟਰ ਹੋਏਗਾ ਕਿ ਤੁਸੀਂ ਇਸ ਨੂੰ ਵਾਟਰ ਇਮੇਜ ਦੇ ਵਿੱਚ ਸਮਝ ਸਕਦੇ ਹੋ ਇਹ ਹੁੰਦਾ ਹੈ ਵਾਟਰ ਇਮੇਜ ਦਾ ਕੁਐਸਚਨ ਠੀਕ ਹੈ ਹਾਲਾਂਕਿ ਵਾਟਰ ਇਮੇਜ ਮੈਂ ਕੱਲ ਕਰਾਂਗਾ ਬਟ ਮੈਂ ਇਹ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਕੋਈ ਕਨਫਿਊਜ਼ਨ ਨਹੀਂ ਹੋਣਾ ਚਾਹੀਦਾ ਵਾਟਰ ਇਮੇਜ ਸਾਡਾ ਹੋਏਗਾ ਉੱਪਰ ਅਤੇ ਜਿਵੇਂ ਕਿ ਆਪਾਂ ਸਮਝ ਸਕਦੇ ਆ ਇਹ ਵਾਲਾ ਕਨਸੈਪਟ ਵੀ ਸਾਡੇ ਕੋਲੇ ਸਿਮਿਲਰਿਟੀਆਂ ਆਪਾਂ ਕਹਿ ਸਕਦੇ ਆ ਕਿ ਵਾਟਰ ਇਮੇजेस ਦਾ ਆ ਠੀਕ ਹੈ ਇਹ ਵਾਟਰ ਇਮੇजेस ਦੀਆਂ ਚੀਜ਼ਾਂ ਹੈ ਲੇਕਿਨ ਇਹ ਚੀਜ਼ਾਂ ਨੂੰ ਮੈਂ ਅੱਜ ਇੱਥੇ ਰਿਲੇਟ ਕਰਕੇ ਮੈਂ ਸ਼ੁਭਚਿੰਤ ਕੋ ਮੈਂ ਲੈ ਕੇ ਆਇਆ ਇਹ ਵਾਲੇ ਕਨਸੈਪਟ ਤੇ ਫੋਕਸ ਕਰਨਾ ਹੈ ਜਾ ਇਸ ਤੇ ਫੋਕਸ ਕਰਨਾ ਹੈ ਇਹ ਆਪਣੇ ਕੋਲੇ ਹੈਗਾ ਹੈ ਮਿਰਰ ਇਮੇਜ ਠੀਕ ਹੈ ਹਾਂ ਮਿਰਰ ਇਮੇਜ ਚਲੋ ਜੀ ਬਈ ਮਿਰਰ ਇਮੇਜ ਠੀਕ ਹੈ ਦੇਖੋ ਹੁਣ ਕਿਦਾਂ ਤੁਸੀਂ A ਨੂੰ ਦੇਖ ਸਕਦੇ ਹੋ ਇਦਾਂ ਹੋ ਗਿਆ B ਵਾਲਾ ਇਮੇਜ ਇਦਾਂ ਹੋ ਗਿਆ C ਵਾਲਾ ਇਦਾਂ ਹੋ ਗਿਆ D ਵਾਲਾ ਹੋ ਗਿਆ E ਵਾਲਾ ਹੋ ਗਿਆ F ਹੋ ਗਿਆ G ਹੋ ਗਿਆ H ਹੋ ਗਿਆ I ਹੁਣ ਦੇਖੋ ਤੁਹਾਨੂੰ ਕੀ ਚੀਜ਼ ਯਾਦ ਰੱਖਣੀ ਹੈ ਦੇਖੋ A ਆਲਵੇਸ ਸੇਮ ਰਹੇਗਾ ਇਹ ਚੀਜ਼ ਦਾ ਯਾਦ ਰੱਖਣਾ ਹੈ A ਆਲਵੇਸ ਕੀ ਰਹੇਗਾ ਸੇਮ ਰਹੇਗਾ H ਆਲਵੇਸ ਕੀ ਰਹੇਗਾ ਸੇਮ ਜੋ ਕਿ ਸੇਮ ਰਹਿਣਗੇ ਉਹਨਾਂ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਠੀਕ ਹੈ ਇਸ ਤੋਂ ਇਲਾਵਾ ਫਿਰ ਜਿਵੇਂ I ਸੇਮ ਰਹੇਗਾ ਆਲਵੇਸ ਸੇਮ ਰਹੇਗਾ ਕਦੀ ਵੀ ਚੇਂਜ ਨਹੀਂ ਹੋਏਗਾ ਠੀਕ ਹੈ m water image ਦੇ ਵਿੱਚ ਨਹੀਂ ਬਲਕਿ ਮਿਰਰ ਇਮੇਜ ਦੇ ਵਿੱਚ ਸੇਮ ਰਹੇਗਾ ਉਹ ਹਮੇਸ਼ਾ ਸੇਮ ਰਹੇਗਾ ਮੇਰੇ ਨਾਲ ਕਮੈਂਟਸ ਬਸ ਧੜਾ ਧੜ ਤੁਸੀਂ ਕਮੈਂਟਸ ਲਿਖਦੇ ਚੱਲਿਆ ਕਰੋ ਠੀਕ ਹੈ ਮੈਨੂੰ ਚੰਗਾ ਲੱਗਦਾ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਹੋ ਬਦਰਵਾਜ ਮੈਂ ਇਕੱਲਾ ਮਹਿਸੂਸ ਕਰਦਾ ਹਾਂ ਮੈਨੂੰ ਇਹ ਲੱਗਦਾ ਕਿ ਯਾਰ ਬਸ ਨਾ ਇਤ ਇਦਾਂ ਹੀ ਟਾਈਮ ਪਾਸ ਕਰ ਰਹੀ ਹੈ ਠੀਕ ਹੈ u ਵੀ ਹਮੇਸ਼ਾ ਸੇਮ ਰਹੇਗਾ a ਵੀ ਯਾਦ ਰੱਖੋ r v ਵੀ ਹਮੇਸ਼ਾ ਸੇਮ ਰਹੇਗਾ ਔਰ ਇਸ ਤੋਂ ਇਲਾਵਾ W ਵੀ ਸੇਮ ਰਹੇਗਾ X ਵੀ ਸੇਮ ਰਹੇਗਾ ਤੇ Y ਵੀ ਸੇਮ ਰਹੇਗਾ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਇਹ ਤੁਹਾਨੂੰ ਵਾਟਰ ਇਮੇजेस ਨਹੀਂ ਬਲਕਿ ਮਿਰਰ ਇਮੇजेस ਦੀਆਂ ਗੱਲਾਂ ਸਮਝਾ ਰਿਹਾ ਬਾਰ-ਬਾਰ ਕਮੈਂਟਸ ਦੇ ਅੰਦਰ ਮੈਂ ਤੁਹਾਨੂੰ ਦੱਸ ਰਿਹਾ ਠੀਕ ਹੈ ਦੋਸਤੋ ਪਲੀਜ਼ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਤੁਸੀਂ ਅੱਜ ਦੇ ਟੌਪਿਕ ਨੂੰ ਦੇਖਣ ਤੋਂ ਬਾਅਦ ਮੇਰੀ ਗਾਰੰਟੀ ਹੈ ਕਿ ਤੁਹਾਨੂੰ ਕਿਸੇ ਵੀ ਬੁੱਕ ਦਾ ਪੰਨਾ ਪਲਟ ਕੇ ਵਾਟਰ ਇਮੇजेस ਔਰ ਇਹ ਚੀਜ਼ਾਂ ਦੇਖਣੀਆਂ ਨਹੀਂ ਪੈਣਗੀਆਂ ਠੀਕ ਹੈ ਆਪਾਂ ਕੁਐਸਚਨ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਤੁਹਾਨੂੰ ਦੇ ਰੱਖਿਆ ਸਕਰੀਨ ਤੇ ਇਹ ਕੁਐਸਚਨ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਹੈ ਕਿ ਇੱਥੇ ਚਲੋ ਮੈਂ ਤੁਹਾਨੂੰ ਜਿਸ ਛੋਟਾ ਦਿਖ ਰਿਹਾ ਮੈਂ ਵੱਡਾ ਕਰਕੇ ਦੱਸ ਦਿੰਨੇ 2 4 7 ਅਤੇ 5 ਅਤੇ 9 ਅਤੇ 6 ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਮਿਰਰ ਇਮੇਜ ਕੀ ਬਣੇਗੀ ਮਿਰਰ ਇਮੇਜ ਬਣेंगे ਨਾ ਇਹ 6 ਹੈ ਨਾ ਇਹ ਵਾਲੇ ਤੁਹਾਡੇ ਕੋਲੇ ਕਿਵੇਂ ਹੋ ਜਾਣਗੇ ਇੰਜ ਹੋ ਜਾਣਗੇ ਹੁਣ ਇੰਜ ਹੋ ਜਾਣਗੇ ਤਾਂ ਤੁਸੀਂ ਇੱਕ ਕੰਮ ਕਰਨਾ ਹੈ ਕਾਮਨ ਸੈਂਸ ਮੇਰੇ ਨਾਲ ਸਭ ਤੋਂ ਜ਼ਿਆਦਾ ਇੰਪਲੀਮੈਂਟ ਕਰਨੀ ਹੈ ਵੀ ਜੇ ਤੁਸੀਂ ਕਾਮਨ ਸੈਂਸ ਇੰਪਲੀਮੈਂਟ ਕਰਗੇ ਨਾ ਤਾਂ ਤੁਹਾਡਾ ਕਨਸੈਪਟ ਆ ਜਾਏਗਾ ਹੁਣ ਦੇਖੋ ਇਹ ਚੀਜ਼ ਇੱਥੇ ਨਹੀਂ ਆਏਗੀ ਬਲਕਿ ਇਸ ਪੂਰੀ ਦੀ ਪੂਰੀ ਲੜੀ ਨੂੰ ਮੈਂ ਕੀ ਕਰਾਂਗਾ ਚੁੱਕ ਕੇ ਹੁਣ ਇਧਰ ਕਰ ਦਾਂਗਾ ਹੁਣ ਦੇਖੋ ਇੱਥੇ ਇਮੇਜ ਬਣੇਗੀ ਤੇ ਇਹ ਵਾਲਾ 6 ਇਧਰ ਬਣ ਜਾਏਗਾ ਠੀਕ ਹੈ ਐਦਾ ਮੰਨ ਜੇਗਾ ਹੁਣ ਮੈਨੂੰ ਦੱਸੋ ਵੀ ਦੂਜੇ ਦੇ ਵਿੱਚ ਹੈਗਾ ਦੂਜਾ ਨਹੀਂ ਹੋ ਸਕਦਾ ਠੀਕ ਹੈ ਔਰ ਇਹ ਪਹਿਲਾ ਨਹੀਂ ਹੋ ਸਕਦਾ ਔਰ ਇਹ ਤੀਜਾ ਨਹੀਂ ਹੋ ਸਕਦਾ ਚੁੱਪਚਾਪ অপਸ਼ਨ ਨੰਬਰ ਡੀ ਬਚ ਗਿਆ ਅਨਸਰ ਟਿਕ ਕਰ ਦਿਓ ਪੂਰਾ ਕਰਨਾ ਹੀ ਨਹੀਂ ਹੈ ਰੀਜਨਿੰਗ ਦੇ ਵਿੱਚ ਇਹੀ ਤੁਹਾਡੀ ਮਾਸਟਰੀ ਹੁੰਦੀ ਹੈ ਦੋਸਤੋ ਕਿ ਤੁਸੀਂ ਪੂਰੇ ਕਨਸੈਪਟ ਨੂੰ ਕਦੇ ਨਹੀਂ ਕਰਨਾ ਯਾਰੀ ਕੋਈ ਮੈਥਮੈਟਿਕਸ ਥੋੜੀ ਹੈ ਦਰਸਲ ਇਹੀ ਚੀਜ਼ਾਂ ਨਹੀਂ ਇਹੀ ਟ੍ਰਿਕਸ ਹੁੰਦੀਆਂ ਹੋਰ ਕੋਈ ਟ੍ਰਿਕਸ ਵੱਖਰੀਆਂ ਨਹੀਂ ਹੁੰਦੀਆਂ ਕਿ ਤੁਸੀਂ ਅੱਖਾਂ ਬੰਦ ਕਰਕੇ ਬੈਠ ਜਿਓ ਟੀਚਰ ਨੇ ਕਹਿਤਾ ਜੀ ਤथास्तु ਸਾਰਾ ਕੁਝ ਮਾਈਂਡ ਚ ਆ ਗਿਆ ਨੈਵਰ ਠੀਕ ਹੈ ਚਲੋ ਹੁਣ ਆਪਾਂ ਅਗਲਾ ਕੁਐਸਚਨ ਕਰਦੇ ਹਾਂ ਜੇ ਤੁਹਾਨੂੰ ਸਕਰੀਨ ਦੇ ਉੱਪਰ ਲਿਖੇ ਹੋਏ ਅੱਖਰ ਘੱਟ ਸਮਝ ਆ ਰਹੇ ਹੈ ਤਾਂ ਮੈਨੂੰ ਪਲੀਜ਼ ਇਹ ਵੀ ਦੱਸ ਸਕਦੇ ਹੋ ਇਹਨਾਂ ਬਾਰੇ ਮੈਂ ਡਿਟੇਲ ਵਾਈਜ਼ ਤੁਹਾਨੂੰ ਐਕਸਪਲੇਨੇਸ਼ਨ ਕਰਕੇ ਸਮਝਾ ਦਿੰਦਾ ਵਾਂ ਠੀਕ ਹੈ ਕੁਐਸਚਨ ਨੰਬਰ 2 ਤੇ ਪਹੁੰਚ ਚੁੱਕੇ ਆਪਾਂ ਆਪਣੇ ਕੋਲ ਦਰਸਲ ਇਹ ਸੇਮ ਕੁਐਸਚਨ ਕਿੱਦਾਂ ਹੋਏਗਾ ਦੇਖੋ B B ਉਲਟਾ ਹੋ ਜਾਏਗਾ ਨਾ B ਉਲਟਾ ਹੋ ਜਾਏਗਾ ਤੁਸੀਂ ਪਲੀਜ਼ ਚੈੱਕ ਕਰੋ ਉਹਨੂੰ ਜਾ ਕੇ ਹਾਂਜੀ ਤਾਂ b ਨੂੰ ਆਪਾਂ ਕਿਦਾਂ ਲਿਖਾਂਗੇ i ਦੇਖੋ ਤੁਹਾਨੂੰ ਪਹਿ ਦੱਸਿਆ ਸੀ ਮੈਂ ਸੇਮ ਰਹੇਗਾ ਬਟ ਇਹ ਚੀਜ਼ ਯਾਦ ਰੱਖੋ ਕਿ ਇਹ ਕਨਸੈਪਟ ਐਂਡ ਤੋਂ ਸ਼ੁਰੂ ਹੋਏਗਾ ਮਿਰਰ ਇਮੇਜ ਦੇ ਵਿੱਚ ਕੁਝ ਵੀ ਲਿਖਿਆ ਹੈ ਨਾ ਔਰ ਇਹਦਾ ਸਟਾਰਟਿੰਗ ਪੁਆਇੰਟ ਸਟਾਰਟਿੰਗ ਚਲਾਇਆ ਜਾਏਗਾ ਲਾਸਟ ਦੇ ਵਿੱਚ ਔਰ ਅਖੀਰਲਾ ਚਲਾ ਜਾਏਗਾ ਪਹਿਲੇ ਨੰਬਰ ਤੇ ਤਾਂ ਆਪਾਂ ਕਹਿ ਸਕਦੇ ਹਾਂ i ਸਬ ਦੇ ਵਿੱਚ ਹੈ ਹੁਣ ਦੇਖੋ ਦੂਜਾ ਤਰੀਕਾ ਦੂਜਾ i ਦੇ ਨਾਲ ਤੁਹਾਨੂੰ ਪਤਾ ਵੀ h ਵੀ ਸੇਮ ਰਹਿਣ ਨਾਲ ਹੈ ਤਾਂ i h ਵੀ ਸੇਮ ਹੈ 6 ਦਾ ਦੇਖੋ ਇਹ 6 ਇਦਾਂ ਹੁੰਦਾ ਹੈ ਨਾ ਤੇ ਇਹ ਵਾਲਾ ਇੰਜ ਹੋ ਜਾਏਗਾ ਇਹ ਵਾਲਾ ਇੰਜ ਹੋ ਜਾਏਗਾ ਤਾਂ ਤੁਹਾਡੇ ਕੋਲੇ অপਸ਼ਨ ਨੰਬਰ 2 ਦੇ ਵਿੱਚ ਤਾਂ ਪੋਸੀ ਕਲਿਆਰੇ ਔਰ অপਸ਼ਨ ਨੰਬਰ 4 ਦੇ ਵਿੱਚ ਇਹਨੇ ਉਲਟਾ 9 ਦੇ ਰੱਖਿਆ ਬਿਲਕੁਲ ਵੀ ਪੋਸੀਬਲ ਨਹੀਂ ਹੈ ਪੋਸੀਬਲ ਨਹੀਂ ਹੈ ਤਾਂ ਤੁਹਾਡੇ ਕੋਲੇ ਬਿਲਕੁਲ A ਔਰ 1 ਔਰ 3 ਦੇ ਵਿੱਚ ਆਨਸਰ ਸੈੱਟ ਹੋ ਸਕਦੇ ਹੈ ਲੇਕਿਨ ਤੁਸੀਂ ਸਿਰਫ ਔਰ ਸਿਰਫ ਇੱਕ ਬਾਕੀ ਦੇਖੋ ਸਭ ਕੁਝ ਸੇਮ ਹੈ ਪਹਿਲੇ ਔਰ ਤੀਜੇ ਦੇ ਪਹਿਲੇ ਔਰ ਤੀਜੇ ਦੇ ਵਿੱਚ ਨਾ ਤੁਸੀਂ Q ਨੂੰ ਚੈੱਕ ਕਰੋ ਵੀ Q ਇਦਾਂ ਹੈ ਨਾ A Q ਇਦਾਂ ਹੈ ਤੇ ਇੱਥੇ ਜਾ ਕੇ ਇਹ Q ਕੀ ਬਣੇਗਾ ਇੰਜ ਬਣ ਜਾਏਗਾ ਬੀ ਜਦੋਂ ਪਲਟਾ ਲੱਗੇਗਾ ਦਾ ਤੇ ਇਹ ਉਲਟਾ ਹੋ ਜਾਏਗਾ ਤਾਂ ਡੈਫੀਨਿਟਲੀ ਇਹ ਵਾਲਾ ਆਪਸ਼ਨ ਨੰਬਰ ਤੀਜਾ ਨਹੀਂ ਹੋਏਗਾ ਬਲਕਿ ਆਪਸ਼ਨ ਨੰਬਰ ਪਹਿਲਾ ਹੋਏਗਾ ਤਾਂ ਤੁਸੀਂ ਆਪਸ਼ਨ ਨੰਬਰ ਪਹਿਲਾ ਟਿਕ ਕਰ ਸਕਦੇ ਹੋ ਗਾਇਜ਼ ਪੈਟਰਨ ਮੈਥਡ ਲੌਜਿਕ ਫੰਡਾ ਸਭ ਕੁਝ ਸਮਝ ਆ ਰਿਹਾ ਤੇ ਕਮੈਂਟਸ ਬਸ ਇੱਕੋ ਚੀਜ਼ ਲਿਖਣੀ ਹੈ ਆਹੋ ਠੀਕ ਹੈ ਔਰ ਆਪਣੇ ਦੋਸਤਾਂ ਤੱਕ 10-10 ਟਾਈਮ ਦੇਖੇ 10-10 ਵਾਰ ਤੁਸੀਂ ਸ਼ੇਅਰ ਕਰਨਾ ਹੈ ਠੀਕ ਹੈ ਸ਼ੇਅਰ ਕਰਨਾ ਹੈ ਤੁਸੀਂ WhatsApp ਤੇ ਠੀਕ ਹੈ Instagram ਤੇ ਠੀਕ ਹੈ Telegram ਤੇ Messenger ਤੇ ਜਿੱਦਾਂ ਤੁਸੀਂ ਕੋਈ ਵੀ ਅਗਰ ਕਿਸੇ ਵੀ ਸਿੰਗਰ ਦੇ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਟ੍ਰੈਂਡ ਚੱਲਿਆ ਹੋਇਆ ਸਿੰਗਰ ਪਿੱੜ ਪੈਂਦੇ ਨੇ ਚੌਥੇ ਦਿਨ ਬਾਅਦ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜਕਲ੍ਹ ਠੰਡ ਦੇ ਵਿੱਚ ਨਾ ਜਿਵੇਂ ਅਕਸਰ ਵਾਰ ਤੁਸੀਂ ਕਿਸੇ ਹਾਲਾਂਕਿ ਤੁਲਨਾ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਪਰ ਜਨਰਲੀ ਆਪਾਂ ਗੱਲਬਾਤ ਕਹਿ ਸਕਦੇ ਹਾਂ ਕੀ ਆਖਰਕਾਰ ਪਸ਼ੂਆਂ ਦੇ ਵਿੱਚ ਬੜੀ ਮਤਲਬੇਈ ਚੀਜ਼ ਹੁੰਦੀ ਲੜਨ ਲੋੜਨ ਦੀ ਠੀਕ ਹੈ ਠੱਠੇ ਠੁੱਠੇ ਗੋਦੇ ਗਾਦੇ 'ਚ ਬੜੇ ਲੜਦੇ ਨੇ ਇਹਨਾਂ ਟਾਈਮ ਦੇ ਵਿੱਚ ਤਾਂ ਖਾਸ ਤੌਰ ਤੇ ਉਦਾਂ ਉਹਨਾਂ ਦੇ ਬੜੇ ਵੀਡੀਓ ਤੁਸੀਂ ਟ੍ਰੈਂਡ ਤੇ ਪਹੁੰਚਾਉਨੇ ਹੋ ਸ਼ੇਅਰ ਕਰਦੇ ਹੋ ਦਰਸਲ ਇੱਥੇ ਟ੍ਰੈਂਡ ਦਾ ਕਿਸਾ ਨਹੀਂ ਹੈ ਬਟ ਮੈਂ ਤੁਹਾਨੂੰ ਇੱਕ ਪਰਸਨਲੀ ਇਹ ਰਿਕਵੈਸਟ ਕਹਿ ਸਕਦਾ ਹਾਂ ਕਿ ਹਰ ਇੱਕ ਸਟੂਡੈਂਟ ਤੱਕ ਇਨਫਾਰਮੇਸ਼ਨ ਪਹੁੰਚਾਉਣੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਘਰ ਬੈਠ ਕੇ ਅੱਛੇ ਲੈਵਲ ਦੀ ਤਿਆਰੀ ਕਰ ਸਕਦੇ ਹੋ ਜਿਹੜੇ ਖਾਸ ਤੌਰ ਤੇ ਸਟੂਡੈਂਟਸ ਨੀਡੀ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਠੀਕ ਹੈ ਉਹਨਾਂ ਤੱਕ ਤੁਸੀਂ ਪਲੀਜ਼ ਇਹਨੂੰ ਪਹੁੰਚਾ ਦਿਆ ਕਰੋ ਹੋਰ ਕੁਝ ਨਹੀਂ ਹੈ ਜਨਰਲੀ ਆਪਾਂ ਨੂੰ ਪਤਾ ਹੈ ਕਿ ਇਸ ਕੁਐਸਚਨ ਤੀਜੇ ਕੁਐਸਚਨ ਦੇ ਵਿੱਚ ਹੈ ਕਿ ਜੀ ਹੈ ਨਾ ਦੇਖੋ ਜੀ ਆਪਣੇ ਕੋਲੇ ਇਦਾਂ ਆ ਤਾਂ ਇੱਥੇ ਕਿੱਦਾਂ ਬਣ ਜਾਏਗਾ ਇਹ ਇੰਜ ਕਰਕੇ ਇਦਾਂ ਬਣ ਜਾਏਗਾ ਕਲੀਅਰ ਹੈ ਤਾਂ ਜੀ ਇਦਾਂ ਬਣ ਜਾਏਗਾ ਜੋ ਸਟਾਰਟਿੰਗੋਂ ਐਂਡ 'ਚ ਜਾਏਗਾ ਐਂਡ 'ਚ ਜਾਏਗਾ ਤਾਂ ਜੀ ਦਾ ਜੀ ਸੇਮ ਤਰੇਗਾ ਨਹੀਂ ਬਿਲਕੁਲ ਵੀ ਨਹੀਂ ਰਹੇਗਾ ਠੀਕ ਹੈ ਹੁਣ ਤੁਹਾਡੇ ਕੋਲੇ অপਸ਼ਨ ਨੰਬਰ ਦੂਜਾ ਤਾਂ ਤੁਸੀਂ ਐਲੀਮੀਨੇਟ ਕਰਤਾ ਆ ਮੈਂ ਤੁਹਾਨੂੰ ਇਹ ਨਹੀਂ ਸਿਖਾਵਾਂਗਾ ਕਿ ਤੁਸੀਂ ਕਰੈਕਟ ਦੱਸੋ ਮੈਂ ਤੁਹਾਨੂੰ ਇਹ ਵੀ ਸਿਖਾ ਰਿਹਾ ਕਿ ਤੁਸੀਂ ਰੋਂਗ ਕੱਢਣਾ ਸਿੱਖੋ ਠੀਕ ਹੈ ਚਲੋ ਜੀ ਹੁਣ ਆਪਣੇ ਦੇ ਕੋਲ ਦੇਖੋ ਅਖੀਰਲਾ ਸ਼ਬਦ ਸਾਡੇ ਕੋਲੇ Y ਹੈ ਤਾਂ Y ਦਾ Y सेम ਰਹੇਗਾ H ਦਾ H सेम ਰਹੇਗਾ ਕੋਈ ਦਿੱਕਤ ਨਹੀਂ ਹੈ Y ਦਾ Y सेम ਰਹੇਗਾ H ਦਾ H सेम ਰਹੇਗਾ ਉਸ ਤੋਂ ਬਾਅਦ ਸਾਡੇ ਕੋਲੇ P ਦੇਖੋ P ਨੂੰ ਆਪਾਂ ਇੰਜ ਕਰਕੇ ਲਿਖਦੇ ਹਾਂ ਔਰ ਜਦੋਂ ਆਪਾਂ ਇਹਨੂੰ ਉਲਟਾ ਕਰਾਂਗੇ ਤਾਂ ਸਾਡੇ ਕੋਲੇ P ਇਦਾਂ ਹੋ ਜਾਏਗਾ I mean ਕਿ ਸਾਡੇ ਕੋਲੇ P ਇਦਾਂ ਹੋਏਗਾ ਹੁਣ ਦੇਖੋ P ਇਦਾਂ ਹੋਏਗਾ ਤਾਂ ਜਨਰਲਲੀ ਤੁਹਾਨੂੰ ਪਤਾ ਹੈ ਕਿ YHP ਹੈ ਔਰ YHP ਹੈ ਉਰੇ ਵਾਈ ਐਚ ਪੀ ਹੈ ਲੇਕਿਨ ਇੱਕ ਤੀਜੇ ਨੰਬਰ ਚ ਦੇਖੋ ਵੀ ਕਦੇ ਵੀ ਵਾਈ ਹੈ ਨਾ ਉਹ ਐਦਾਂ ਕਰਕੇ ਇਹਦਾ ਮਤਲਬ ਵੀ ਨਹੀਂਗਾ ਕਿ ਪੁੱਠੇ ਦਾ ਮਤਲਬ ਹੈ ਵੀ ਤੁਸੀਂ ਲਿਖ ਕੇ ਉਹਨਾਂ ਨੂੰ ਉਲਟਾ ਕਰਤਾ ਤਾਂ ਆਪਸ਼ਨ ਤੀਜਾ ਤਾਂ ਵੀ ਨਹੀਂ ਹੋਏਗਾ ਹਾਲਾਂਕਿ ਆਪਾਂ ਨੂੰ ਸਟਾਰਟਿੰਗ 'ਚ ਐਲੀਮੀਨੇਟ ਕਰ ਦੇਣਾ ਚਾਹੀਦਾ ਸੀ ਸੋ ਆਪਾਂ ਇਹਨੂੰ ਧਿਆਨ ਕਰ ਲਿਆ ਆਪਸ਼ਨ ਨੰਬਰ ਪਹਿਲੇ ਅਤੇ ਆਪਣੇ ਕੋਲੇ ਚੌਥੇ ਦੇ ਵਿੱਚ ਹੈ ਹੁਣ ਤੁਸੀਂ ਅੱਗੇ ਕੀ ਚੀਜ਼ ਚੈੱਕ ਕਰਨੀ ਹੈ ਕਿ ਹਮੇਸ਼ਾ ਯਾਦ ਰੱਖਣਾ ਹੈ ਕਿ ਜਦੋਂ ਸਾਡੇ ਕੋਲ ਏ ਹੈ ਨਾ ਏ ਦਾ ਏ ਸੇਮ ਰਹੇਗਾ ਬਲਕਿ ਏ ਦਾ ਕਦੇ ਵੀ ਇੰਜ ਨਹੀਂ ਹੋਏਗਾ ਇਹ ਕੇਸ ਹੋਏਗਾ ਸਿਰਫ ਵਾਟਰ ਇਮੇਜ ਦੇ ਵਿੱਚ ਵਾਟਰ ਇਮੇਜ ਚ ਹੋਏਗਾ ਤਾਂ ਚੌਥੇ ਨੰਬਰ ਆਪਸ਼ਨ ਚ ਪੋਸੀਬਲ ਹੀ ਨਹੀਂ ਹੈ ਤਾਂ ਆਪਸ਼ਨ ਨੰਬਰ ਪਹਿਲਾ ਹੀ ਆਪਣੇ ਕੋਲੇ ਬਚ ਗਿਆ ਸੋ ਮੈਂ ਕਹਿ ਸਕਦਾ ਕਿ ਆਪਸ਼ਨ ਨੰਬਰ A will be correct answer will be correct ਠੀਕ ਹੈ ਜੇ ਸੈਸ਼ਨ ਚੰਗਾ ਲੱਗ ਰਿਹਾ ਤਾਂ ਬਸ ਧੂੜਾਂ ਠਾ ਦੋ ਸ਼ੇਅਰ ਕਰਦੇ ਚੱਲੋ ਨਾਲ-ਨਾਲ ਚਲੋ ਕਮ ਆਨ ਗਾਈਜ਼ ਅਗਲਾ ਕੁਐਸਚਨ ਕੁਇਕਲੀ ਮੈਂ ਦੇਖਾਂਗਾ ਕਮੈਂਟਸ ਕਿੰਨੇ ਸਟੂਡੈਂਟਸ ਦਾ ਰਾਈਟ ਆਨਸਰ ਆ ਰਿਹਾ ਹੈ ਵੈਰੀ ਗੁੱਡ ਵੈਰੀ ਫਾਸਟ ਬਸ ਥੋੜਾ ਠਾ ਦੋ ਪਲੀ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਨਾਲ-ਨਾਲ ਫਟਾਫਟ ਨੈਸ਼ਨਲ ਹੈ ਨਾ ਦੇਖੋ ਇੱਥੇ ਆਪਣੇ ਕੋਲ ਐਨ ਹੈ ਤਾਂ ਐਨ ਨੂੰ ਉਲਟਾ ਤੂੰ ਤੁਹਾਨੂੰ ਕੁਝ ਅੱਖਰਾਂ ਦੀ ਬਾਰੇ ਜਾਣਕਾਰੀ ਨਹੀਂ ਹੈ ਤਾਂ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਮੈਂ ਤੁਹਾਡੀ ਹੈਲਪ ਕਰਾਂਗਾ ਠੀਕ ਹੈ ਚਲੋ ਜੀ ਆਪਾਂ ਲਿਖਾਂਗੇ ਤੇ ਐਲ ਐਲ ਦਾ ਮਤਲਬ ਇੰਜ ਕਰਕੇ ਬਣ ਜਾਏਗਾ ਇਹ ਬਣ ਜਾਏਗਾ ਤਾਂ ਆਪਸ਼ਨ ਨੰਬਰ 4 ਤਾਂ ਸਾਡੇ ਕੋਲ ਐਲੀਮੀਨੇਟ ਹੋ ਗਿਆ ਠੀਕ ਹੈ ਪਹਿਲਾ ਤੀਜਾ ਅਤੇ ਦੂਜਾ ਸਾਡੇ ਕੋਲ ਬਚ ਗਿਆ ਵਾ ਠੀਕ ਹੈ ਏ ਦੇ ਨਾਲ ਬਿਲਕੁਲ ਸੇਮ ਦਾ ਸੇਮ ਰਹੇਗਾ ਕੋਈ ਦਿੱਕਤ ਨਹੀਂ ਹੈ n ਇਥੇ ਔਰ n ਇਥੇ ਹੈ ਹੁਣ ਜਨਰਲੀ ਤੁਹਾਡੇ ਕੋਲ n ਦਾ ਟਾਸਕ ਕੀ ਆ ਜਾਏਗਾ n ਦਾ ਟਾਸਕ ਇਹ ਹੋ ਜਾਏਗਾ ਵੀ ਆਪਾਂ ਇਸ ਨੂੰ ਇੰਜ ਕਰਕੇ ਬਣਾਉਨੇ ਆ ਨਾ ਤਾਂ ਇਹੀ ਸਾਡੇ ਕੋਲ ਇੱਕ ਇੰਜ ਹੋ ਜਾਏਗਾ ਇਹ ਸਾਡੇ ਕੋਲ ਇੰਜ ਕਰਕੇ ਇਹ ਵਾਲਾ ਹੋ ਜਾਏਗਾ ਮੇਰੀ ਗੱਲ ਸਮਝ ਪਾ ਰਹੇ ਹੋ ਅਗਰ ਮੇਰੀ ਗੱਲ ਤੁਹਾਨੂੰ ਸਮਝ ਆ ਪਾ ਰਹੀ ਹੈ ਤਾਂ ਪਲੀਜ਼ ਇੱਕ ਵਾਰੀ ਪਲੀਜ਼ ਮੈਨੂੰ ਸਾਰੇ ਸਟੂਡੈਂਟ ਦੱਸ ਦਿਓ ਕਿ ਸਾਨੂੰ ਸਰ ਸਮਝ ਆ ਗਿਆ ਵਾ ਵਾਪਸ ਤੋਂ ਇੱਥੇ ਮੈਂ ਲੈ ਕੇ ਆਇਆ ਤੁਹਾਨੂੰ ਸਮਝਾਉਣ ਵਾਸਤੇ ਕਿ ਤੁਸੀਂ ਦੇਖ ਸਕਦੇ ਹੋ ਇਹ ਚੈੱਕ ਕਰ ਲਓ ਇਹ ਚੈੱਕ ਕਰ ਲਓ ਜਿੱਥੇ ਮੈਂ ਮਾਰਕਰ ਚਲਾ ਰਿਹਾ ਵਾਂ ਠੀਕ ਹੈ ਕਿ ਤੁਹਾਡੇ ਕੋਲੇ ਅਗਰ ਆਪਾਂ n ਇਦਾਂ ਕਰਕੇ ਬਣਾਉਨੇ ਔਰ ਇਹੀ n ਸਾਡੇ ਕੋਲੇ ਇਹ ਉਲਟਾ ਇੰਜ ਬਣ ਜਾਏਗਾ ਰਾਈਟ ਹੈ ਬਸ ਇਹ ਮੈਥਡ ਤੁਸੀਂ ਜਰੂਰ ਸਮਝ ਰੱਖੋ ਆਪਣੇ ਦਿਮਾਗ ਦੇ ਅੰਦਰ ਠੀਕ ਹੈ ਚਲੋ ਜੀ ਬਈ ਚਲੋ ਗਾਇਸ ਤਾਂ ਸਾਡੇ ਕੋਲੇ n a ਵਾਲਾ ਬਣੇਗਾ ਔਰ ਇਹ ਵਾਲਾ n ਸਾਡੇ ਕੋਲੇ ਦੂਜੇ ਵਿੱਚ ਵੀ ਹੈ ਸਾਡੇ ਕੋਲੇ ਪਹਿਲੇ ਵਿੱਚ ਵੀ ਔਰ ਸਾਡੇ ਕੋਲੇ ਤੀਜੇ ਵਿੱਚ ਨਹੀਂ ਹੈ ਤਾਂ ਤੀਜੇ ਨੂੰ ਆਪਾਂ ਆਊਟ ਕਰ ਦਿੰਨੇ ਹੈ ਕਲੀਅਰ ਹੈ ਇਥੋਂ ਤੱਕ ਇਥੋਂ ਤੱਕ ਪ੍ਰਕਿਰਿਆ ਕਲੀਅਰ ਹੋ ਚੁੱਕੀ ਹੈ ਤੁਹਾਨੂੰ ਪਤਾ ਹੈ ਵੀ ਉਹ ਦਾ ਉਹ ਸੇਮ ਰਹੇਗਾ ਆਈ ਸੇਮ ਰਹੇਗਾ ਟੀ ਹਮੇਸ਼ਾ ਟੀ ਵੀ ਕੀ ਰਹੇਗਾ ਸੇਮ ਰਹੇਗਾ ਔਰ ਟੀ ਸੇਮ ਰਹੇਗਾ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਤੁਹਾਡੇ ਕੋਲੇ ਟੀ ਉਲਟਾ ਨਹੀਂ ਹੋਏਗਾ ਤਾਂ ਆਪਸ਼ਨ ਨੰਬਰ ਦੂਜਾ ਬਚ ਗਿਆ ਯੂ ਕੈਨ ਸੇ ਦੈਟ ਕਿ ਆਪਸ਼ਨ ਨੰਬਰ ਬੀ ਮੀਨਸ ਹੈ ਕਿ ਆਪਸ਼ਨ ਨੰਬਰ 2 ਵਿਲ ਬੀ ਰਾਈਟ ਆਨਸਰ ਹੋਏਗਾ ਵੈਰੀ ਗੁੱਡ ਬਹੁਤ ਅੱਛੇ ਹੈ ਸ਼ਾਬਾਸ਼ ਗੁੱਡ ਇਵਨਿੰਗ ਗੁੱਡ ਇਵਨਿੰਗ ਸਾਰੇ ਧੂੜਾ ਠਾ ਦਿਓ ਯ ਪੰਜਵਾਂ ਕੁਐਸਚਨ ਤੇ ਦੇਖਦੇ ਆ ਆਪਾਂ ਪੇਂਟਡ ਦੇ ਰੱਖਿਆ ਕਿ ਪੇਂਟਡ ਦਾ ਆਨਸਰ ਕੀ ਹੋਏਗਾ ਦੇਖੋ ਇਹ ਪੀ ਐ ਤਾਂ ਪੀ ਆਪਣੇ ਕੋਲੇ ਜਨਰਲੀ ਇਦਾਂ ਹੋ ਜਾਏਗਾ ਇਦਾਂ ਹੋ ਜਾਏਗਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਚਾਰਾਂ ਦੇ ਵਿੱਚ ਪੀ ਸੇਮ ਹੈ ਸੇਮ ਹੈ ਸੇਮ ਹੈ ਵੈਰੀ ਗੁੱਡ ਵੈਰੀ ਗੁੱਡ ਅਖੀਰ ਦੇ ਵਿੱਚ ਡੀ ਹੈ ਜੋ ਡੀ ਦਾ ਮੂੰਹ ਇਦਾਂ ਹੈ ਨਾ ਤੇ ਇਹਦਾ ਮੂੰਹ ਇਧਰ ਇਧਰ ਹੋ ਜਾਏਗਾ ਕਲੀਅਰ ਹੈ ਇਧਰ ਹੋ ਜਾਏਗਾ ਤਾਂ ਤੁਸੀਂ ਕਹਿ ਸਕਦੇ ਹੋ ਚਾਰਾਂ ਦੇ ਵਿੱਚ ਡੀ ਦਾ ਫੇਸ ਇਧਰ ਹੋ ਜਾਏਗਾ ਆ ਲਓ ਜੀ ਆਪਾਂ ਇਧਰ ਡੀ ਦਾ ਫੇਸ ਕਰਤਾ ਈ ਦਾ ਫੇਸ ਹੈ ਈ ਦਾ ਫੇਸ ਇੰਦਰ ਹੋ ਜਾਏਗਾ ਵਾਪਸ ਸਮਝ ਪਾ ਰਹੇ ਹੋ ਮੇਰੀ ਗੱਲ ਨੂੰ E ਦਾ ਫੇਸ ਇਧਰ ਉਲਟਾ ਹੋ ਜਾਏਗਾ ਉਲਟਾ ਹੋ ਜਾਏਗਾ ਤਾਂ ਇਹ ਪ੍ਰਕਿਰਿਆ ਤੁਹਾਡੇ ਕੋਲ D ਦੇ ਵਿੱਚ ਇੰਪਲੀਮੈਂਟ ਨਹੀਂ ਹੋਏਗੀ ਤੇ D ਵਾਲਾ ਤਾਂ ਤੁਹਾਡੇ ਕੋਲੇ ਆਊਟ ਹੋ ਗਿਆ ਬਾਹਰ ਚ ਲਿਆ ਗਿਆ ਜੀ ਠੀਕ ਹੈ ਕਹਿੰਦਾ ਜੀ ਮੈਂ ਤਾਂ ਬਾਹਰ ਜਾਣਾ ਹੁਣ ਤੁਹਾਨੂੰ ਇੱਕ ਗੱਲ ਦਾ ਹੋਰ ਪਤਾ ਹੈ T ਹੈ T ਸੇਮ ਰਹੇਗਾ ਕਦੇ ਵੀ ਉਲਟਾ ਨਹੀਂ ਹੋਏਗਾ ਇਹ ਚ ਲਿਆ ਗਿਆ ਆਊਟ ਹੋ ਗਿਆ ਤੁਹਾਡੇ ਕੋਲੇ ਕੇਸ ਬਚ ਗਿਆ ਫਸਟ ਅਤੇ ਸੈਕਿੰਡ ਫਸਟ ਅਰ ਸੈਕਿੰਡ ਦੇ ਵਿੱਚੋਂ ਤੁਸੀਂ ਆਨਸਰ ਟਿਕ ਕਰਨਾ ਵਾ n ਦਾ ਕੇਸ ਕਦੇ ਵੀ ਸੀਮ ਨਹੀਂ ਰਹੇਗਾ ਤਾਂ ਇਹ ਤੁਸੀਂ ਇੰਜ ਕੱਟ ਆਊਟ ਕਰ ਸਕਦੇ ਹੋ ਦੂਜੇ ਵਾਲਾ ਤੁਹਾਡੇ ਕੋਲ অপਸ਼ਨ ਬਚ ਗਿਆ ਤਾਂ ਆਈ ਥਿੰਕ ਥਿਸ ਇਜ਼ ਦਾ ਬੈਸਟ ਵੇ ਟੂ ਅਟੈਂਪਟ ਦਾ ਥੀਸ ਟਾਈਪ ਆਫ ਦਾ ਕੁਐਸਚਨ ਠੀਕ ਹੈ ਇਨ ਦਾ ਐਗਜ਼ਾਮੀਨੇਸ਼ਨ ਔਰ ਪ੍ਰੈਕਟਿਸ ਸੈਟ ਠੀਕ ਹੈ ਤਾਂ ਤੁਹਾਡੇ ਕੋਲੇ ਬਹੁਤ ਅੱਛਾ ਚਾਂਸਸ ਹੈ ਕਿ ਤੁਸੀਂ ਇਹਦੇ ਵਿੱਚ ਆਪਣੀ ਅੱਛੀ ਪਕੜ ਬਣਾ ਸਕਦੇ ਹੋ ਰਾਈਟ ਹੈ ਚਲੋ ਜੀ ਹੁਣ ਕੁਝ ਆਪਾਂ ਬਿਹਤਰੀਨ ਕੁਐਸਚਨਸ ਹੋਰ ਵੀ ਕਰਾਂਗੇ ਜੋ ਕਿ ਪਿਛਲੇ ਸਾਲ ਪੀਪੀਐਸਸੀ ਪੇਪਰ ਔਰ ਪੰਜਾਬ ਦੇ ਵੱਖਰੇ ਵੱਖਰੇ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਤਾਂ ਇਸੇ ਕਰਕੇ ਸਾਡੀ ਇਹ ਅਹਿਮੀਅਤ ਥੋੜੀ ਜ਼ਿਆਦਾ ਬਣ ਜਾਏਗੀ ਕਿ ਸਾਨੂੰ ਇਹਨਾਂ ਦੇ ਵਿੱਚ ਆਲਟਰਨੇਟਿਵ ਵੀ ਕੁਐਸਚਨਸ ਪਿੱਕਰਨੇ ਪੈਣਗੇ ਅ ਜਿੱਧਰਲੇ ਪਾਸੇ ਤਾਰਾ ਜੀਆਂ ਛੱਡ ਰੱਖੀਏ ਕਹਿੰਦਾ ਵੀ ਅਗਰ ਇੱਥੇ ਆਪਾਂ ਸੀਸਾ ਰੱਖਦੇ ਆਂ ਤੇ ਤਾਂ ਕਨਸੈਪਟ ਕੀ ਬਣ ਜਾਏਗਾ ਕਨਸੈਪਟ ਕੁਛ ਨਹੀਂ ਬਣੇਗਾ ਜਸਟ ਉਲਟੀ ਕਰ ਦੋ ਇਹੇ ਝੌਂਪੜੀ ਜੀ ਠੀਕ ਹੈ ਦੇਖੋ ਉੱਪਰ ਵਾਲਾ ਤੀਰ ਤਾਂ ਸਿੱਧਾ ਹੋਏਗਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਹਮੇਸ਼ਾ ਦੇਖੋ ਮਾਈਂਡ ਦੀਆਂ ਗੇਮਸ ਹੁੰਦੀਆਂ ਇਹ ਵਾਲੇ ਇਦਾਂ ਹੈ ਨਾ ਇਹ ਵਾਲੇ ਇਦਾਂ ਜਿਹੜੇ ਇਹ ਵਾਲੇ ਇਦਾਂ ਅਗਰ ਤੇ ਇਸ ਨੂੰ ਆਪਾਂ ਉਲਟਾ ਕਰ ਦਾਂਗੇ ਨਾ ਇਹ ਵਾਲਾ ਸਾਡੇ ਕੋਲੇ ਕੇਸ ਹਮੇਸ਼ਾ ਸੇਮ ਹੀ ਰਹੇਗਾ ਬਟ ਇਹ ਵਾਲੀਆਂ ਕਨਸੈਪਟਸ ਹਨ ਜਿਹੜੇ ਇਹੇ ਵਾਲੇ ਇਹ ਵਾਲੀਆਂ ਲਾਈਨਸ ਹੈ ਇਹ ਲਾਈਨ ਨੂੰ ਤੁਸੀਂ ਕਿ ਇਹ ਲਾਈਨ ਤੁਹਾਡੇ ਕੋਲ ਇੰਜ ਹੋ ਜਾਣਗੀਆਂ ਠੀਕ ਹੈ ਸਮਝ ਪਾਰੇ ਮੇਰੀ ਗੱਲ ਇੰਜ ਹੋ ਜਾਣਗੀਆਂ ਤਾਂ ਮਤਲਬ ਕੀ ਹੈ ਲਾਈਨਸ ਇਦਾਂ স্মੋਲ ਅਤੇ ਡਰਾ ਹੋ ਜਾਣਗੀਆਂ ਹੁਣ ਇਸ ਕੇਸ ਦੇ ਵਿੱਚ ਤੁਹਾਡੇ ਕੋਲੇ অপਸ਼ਨ ਨੰਬਰ ਹੈ ਨਾ ਸੀ ਵਾਲਾ ਤਾਂ ਕਦੇ ਵੀ ਨਹੀਂ ਹੋ ਸਕਦਾ ਠੀਕ ਹੈ ਅਤੇ ਇਸ ਕੇਸ ਦੇ ਵਿੱਚ ਤੁਹਾਡੇ ਕੋਲੇ ਦੇਖੋ ਚਾਰ অপਸ਼ਨਸ ਅਵੇਲੇਬਲ ਨੇ অপਸ਼ਨ ਨੰਬਰ ਦੇਖੋ ਇਹ ਵਾਲਾ ਏ ਹੈ ਔਰ ਇਹ ਵਾਲਾ ਬੀ ਹੈ ਅਤੇ ਇਹ ਵਾਲਾ ਤੁਹਾਡੇ ਕੋਲੇ ਡੀ ਹੈ ਠੀਕ ਹੈ ਇਹਨਾਂ ਦੇ ਵਿੱਚੋਂ ਆਪਾਂ ਆਨਸਰ ਚੈੱਕ ਕਰਨਾ ਚਲਿਏ ਇਥੋਂ ਤੱਕ ਚੈੱਕ ਕਰਨ ਤੋਂ ਬਾਅਦ ਆਪਾਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੋ ਚੀਜ਼ ਸਾਨੂੰ ਇੱਥੇ ਨੀਚੇ ਇਹ ਵਾਲੀ ਦਿੱਤੀ ਹੈ ਜਦੋਂ ਨੂੰ ਆਪਾਂ ਉਲਟਾ ਕਰਾਂਗੇ ਤਾਂ ਇਹ ਵਾਲਾ ਸਿੰਬਲ ਹੈ ਉਹ ਡੈਫੀਨਿਟਲੀ ਸਾਨੂੰ ਪਤਾ ਹੈ ਕਿੱਧਰ ਚਲਾ ਜਾਏਗਾ ਇਹ ਵਾਲਾ ਸਿੰਬਲ ਹੈ ਚੁੱਕ ਕੇ ਸਾਡੇ ਕੋਲੇ ਇਧਰਲੇ ਪਾਸੇ ਆ ਜਾਏਗਾ ਅਤੇ ਜੋ ਅੰਦਰ ਹੈ ਨਾ ਇਹ ਵਾਲਾ ਸਿੰਬਲ ਸਾਡੇ ਕੋਲ ਇਧਰ ਆ ਜਾਏਗਾ ਕਲੀਅਰ ਹੈ ਨਹੀਂ ਇਥੋਂ ਤੱਕ ਸਮਝ ਪਾ ਰਹੇ ਹਾਂ ਅਗਰ ਇਥੋਂ ਤੱਕ ਸਮਝ ਪਾ ਰਹੇ ਹਾਂ ਤਾਂ ਜੋ ਪ੍ਰਕਿਰਿਆ ਸਾਡੇ ਕੋਲੇ ਇੱਥੇ ਦੇਖੋ ਤੁਸੀਂ ਸਿੰਬਲ ਦੇ ਵਿੱਚ ਦੇਖੋ ਇੱਥੇ ਸਾਨੂੰ ਇੰਜ ਕਰਕੇ ਇੱਕ ਹੋਰ ਦੇ ਰੱਖਿਆ ਹੈ ਇਹ ਵਾਲਾ ਦੇ ਰੱਖਿਆ ਹੈ ਤਾਂ ਇਹ ਵਾਲਾ ਦੇ ਰੱਖਿਆ ਤੇ ਇਹ ਵਾਲਾ ਸਾਡੇ ਕੋਲੇ ਐਜ਼ ਇਟ ਇਜ਼ ਇੱਥੇ ਆ ਜਾਏਗਾ ਇੱਥੇ ਆ ਜਾਏਗਾ ਤੇ ਇਸ ਕੇਸ ਦੇ ਵਿੱਚ ਦੇਖੋ ਪਹਿਲਾ ਵੀ ਆਪਸ਼ਨ ਠੀਕ ਨਹੀਂ ਹੈ ਬਿਲਕੁਲ ਸਮਝ ਪਾ ਰਹੇ ਹੋ ਤਾਂ ਮੇਰੇ ਕੋਲ ਚੌਥਾ ਵੀ ਠੀਕ ਨਹੀਂ ਹੈ ਚੌਥਾ ਵੀ ਠੀਕ ਨਹੀਂ ਹੈ ਤਾਂ ਤੁਸੀਂ ਕਹਿ ਸਕਦੇ ਹੋ ਸ੍ਰੀਮਾਨ ਜੀ অপਸ਼ਨ ਨੰਬਰ B ਸਾਡੇ ਕੋਲੇ ਬਚ ਗਿਆ ਤੇ ਇਹ ਸਾਡੇ ਕੋਲੇ ਕੀ ਹੋਏਗਾ கரੈਕਟ ਚੁਆਇਸ ਹੋਏਗੀ ਸੋ ਆਈ ਥਿੰਕ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਏਗੀ ਇਹ ਹੀ ਆਪਣਾ ਕੀ ਹੋਏਗਾ ਆਨਸਰ ਹੋਏਗਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਹੈ ਵੈਰੀ ਗੁੱਡ ਸ਼ਾਬਾਸ਼ ਗਾਇਜ਼ ਤੁਹਾਡੀ ਇਦਾਂ ਹੀ ਪ੍ਰੈਕਟਿਸ ਹੋਏਗੀ ਠੀਕ ਹੈ ਬਿਲਕੁਲ ਬਿਲਕੁਲ ਬਹੁਤ ਅੱਛੇ ਹੈ ਚਲੋ ਇਹ ਦੂਜਾ ਕੁਐਸਚਨ ਆ ਗਿਆ ਬਈ ਪੀਪੀਐਸਸੀ ਦੇ ਵਿੱਚ ਸਾਰੇ-ਸਾਰੇ ਕੁਐਸਚਨ ਆਏ ਹੋਏ ਆ ਪੀਪੀਐਸਸੀ ਐਗਜ਼ਾਮ ਹੈ ਠੀਕ ਹੈ ਪ ਠੀਕ ਹੈ ਕੁਝ ਪੰਜਾਬ ਪਟਵਾਰੀ ਦਾ ਪ੍ਰੀਵੀਅਸ ਈਅਰ ਪੇਪਰ ਸੈੱਟ ਇਹਨਾਂ ਚੋਂ ਮਿਕਸ ਕੁਐਸਚਨ ਨੇ ਜੋ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਦੇਣਗੇ ਇੱਥੇ ਸਾਡੇ ਕੋਲ ਇੱਕ ਕੀ ਹੈ ਕਬੂਤਰੀ ਹੈ ਤੇ ਠੀਕ ਹੈ ਇਸ ਨੂੰ ਦੇਖਣਾ ਹੈ ਕਿ ਆਪਾਂ ਦੀ ਚੁੰਝ ਵਗੈਰਾ ਕਿੱਧਰ ਚਲੀ ਜਾਏਗੀ ਤੇ ਬਹੁਤ ਹੀ ਮਤਲਬ ਈਜੀ ਵਾਲੇ ਕੁਐਸਚਨ ਨਹੀਂ ਕਹਿ ਸਕਦਾ ਮੈਂ ਇਹ ਈਜੀ ਟਾਸਕ ਨਹੀਂ ਹੈ ਤੁਹਾਨੂੰ ਟਾਸਕ ਪ੍ਰੋਪਰਲੀ ਸਮਝਣਾ ਪਏਗਾ ਕਿ ਕਿੱਦਾਂ ਦੇ ਇਹ ਇਸ ਤਰੀਕੇ ਦੇ ਕੁਐਸਚਨਸ ਆਪਾਂ ਕਿਵੇਂ ਕਰ ਸਕਾਂਗੇ ਰਾਈਟ ਹੈ ਚਲੋ ਜੀ ਮੈਂ ਕਹਿ ਸਕਦਾ ਕਿ ਇਹ ਵਾਲਾ ਆਪਸ਼ਨ ਆਪਣੇ ਕੋਲ A ਹੈ ਇਹ ਆਪਸ਼ਨ B ਹੈ ਇਹ ਵਾਲਾ C ਹੈ ਇਹ ਵਾਲਾ D ਹੈ ਦੇਖੋ ਭਾਈ ਜਨਰਲੀ ਗੱਲ ਹੈ ਕਿ ਇਹਦਾ ਫੇਸ ਇਧਰ ਹੈ ਨਾ ਤਾਂ ਇਹਦਾ ਫੇਸ ਡੈਫੀਨਿਟਲੀ ਇਧਰ ਹੋਏਗਾ ਇਧਰ ਹੋਏਗਾ ਤਾਂ অপਸ਼ਨ ਨੰਬਰ B ਤਾਂ ਅਨਸਰ ਹੋਏਗਾ ਨਹੀਂ অপਸ਼ਨ ਨੰਬਰ B ਤਾਂ ਹੋਏਗਾ ਨਹੀਂ ਚਲੋ ਜੀ ਇਹ ਤਾਂ ਸਾਨੂੰ ਕਲੀਅਰ ਹੋ ਗਿਆ ਵੀ অপਸ਼ਨ ਨੰਬਰ B ਤਾਂ ਅਨਸਰ ਹੋਏਗਾ ਨਹੀਂ ਉਸ ਤੋਂ ਇਲਾਵਾ ਜੇ ਇਹਦੇ ਫਰੰਟ ਪੈਰ ਅਗਰ ਮੈਂ ਗੱਲ ਦੱਸਾਂ ਵੀ ਫਰੰਟ ਵਾਲੇ ਪੈਰ ਅਗਰ ਇੱਥੇ ਇੰਜ ਕਰਕੇ ਹੈ ਤਾਂ ਇਹ ਵਾਲੇ ਪੈਰ ਤਾਂ ਇਹਦੇ ਹਮੇਸ਼ਾ ਕੀ ਰਹਿਣਗੇ ਸੇਮ ਹੀ ਰਹਿਣਗੇ ਠੀਕ ਹੈ ਲੇਕਿਨ ਛੋਟੀਆਂ-ਛੋਟੀਆਂ ਗੱਲਾਂ ਫਿਰ ਵੀ ਸਾਨੂੰ ਯਾਦ ਰੱਖਣੀਆਂ ਪੈਣਗੀਆਂ ਕਿ ਇਹ ਫਸਟ ਆਫ ਆਲ ਇੱਕ ਚੀਜ਼ ਹੋਰ ਚੈੱਕ ਕਰੋ ਤੁਸੀਂ ਇਹਦੇ ਯਾਨੀ ਜੋ ਵੀ ਆਪਾਂ ਵਿੰਗਸ ਹੈ ਦੇ ਫੰਗ ਫਾਰੇ ਦੇ ਯਾ ਆਪਾਂ ਕਹਿ ਸਕਦੇ ਹਾਂ ਕਿ ਹਿੰਦੀ ਦੇ ਵਿੱਚ ਸਟੂਡੈਂਟ ਸਮਝਣ ਨੂੰ ਮਿਲਿਆ ਤਾਂ ਪਰ ਕਹਿੰਦੇ ਨੇ ਇਹਦੇ ਖੰਭਾਂ ਤੇ ਕੋਈ ਵੀ ਬਿੰਦੀਆਂ ਨਹੀਂ ਗਈਆਂ ਤਾਂ ਆਪਸ਼ਨ ਨੰਬਰ B ਦੇ ਵਿੱਚ ਬਿੰਦੀਆਂ ਦੇ ਰੱਖੀਆਂ ਸੀਗੀਆਂ ਇਸ ਕਰਕੇ ਵੀ ਆਪਾਂ ਕਹਿ ਸਕਦੇ ਹਾਂ ਜੀ ਇਹ ਬਿਲਕੁਲ ਸਾਡਾ ਸਹੀ ਆਪਸ਼ਨ ਨਹੀਂ ਸੀਗਾ ਕਲੀਅਰ ਹੈ ਥੋੜਾ ਜਿਹਾ ਇਮੇਜੀਨੇਸ਼ਨ ਤੁਹਾਨੂੰ ਧੁੰਦਲਾਪਨ ਚ ਦਿਖ ਰਹੀ ਹੋਏਗੀ ਬਟ ਮੇਰੇ ਦੋਸਤੋ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਹੈ ਦੇਖੋ ਹੁਣ ਉੱਪਰ ਦੇਖੋ ਤੁਸੀਂ ਕਿ ਜੋ ਇਮੇਜਿਨੇਸ਼ਨ ਸਾਡੇ ਕੋਲੇ ਬਣੀ ਹੋਈ ਹੈ ਉੱਪਰ ਇਮੇਜ ਹੈ ਇਹਦੇ ਵਿੱਚ ਉੱਪਰਲੇ ਫਰ ਤੇ 1 2 3 4 ਮਤਲਬ 4 ਤਰੀਕੇ ਦੇ ਕੱਟ ਹੈ ਇੰਜ ਕਰਕੇ ਇਹ ਵਾਲੇ ਹੈਗੇ ਇਹ ਵਾਲਾ ਤੁਸੀਂ ਸਮਝ ਪਾਉਂਗੇ ਕਿ ਇੰਜ ਕਰਕੇ ਇਹ ਵਾਲਾ ਤੇ ਇਹ ਆਏ ਕਰਕੇ ਹੈ ਰਾਈਟ ਹੈ ਨਾ ਕੰਪਲੀਟ ਤੌਰ ਤੇ ਇੰਜ ਕਰਕੇ ਇਹ ਵਾਲਾ ਐ ਜੁੜਿਆ ਹੋਇਆ ਹੈ ਠੀਕ ਹੈ ਬਿਲਕੁਲ ਬਿਲਕੁਲ ਮੇਰੀ ਬਿਲਕੁਲ ਬਿਲਕੁਲ ਸਾਰੇ ਸਟੂਡੈਂਟਸ ਸਮਝ ਪਾ ਰਹੇ ਵੈਕਸਿਮਮ ਸਟੂਡੈਂਟ ਦੇ ਆਨਸਰ ਬਿਲਕੁਲ ਸਹੀ ਹੈ ਪਰ ਇਹੀ ਚੀਜ਼ਾਂ ਮੈਂ ਤੁਹਾਨੂੰ ਸਮਝਾਉਣਾ ਚਾ ਰਿਹਾ ਹਾਂ ਇਹਦੀ ਪ੍ਰੋਪਰਲੀ ਸ਼ੇਪ ਹੈ ਤਾਂ ਗਾਇਜ਼ ਮੈਕਸਿਮਮ ਸਟੂਡੈਂਟਸ ਦਾ ਆਨਸਰ ਆ ਰਿਹਾ ਕਹਿੰਦੇ ਸਰ ਜੀ ਸਰ ਜੀ ਕਹਿੰਦੇ ਪਹਿਲਾ ਏ ਆਪਸ਼ਨ ਏ ਆਪਸ਼ਨ ਠੀਕ ਹੈ ਬਿਲਕੁਲ ਬਿਲਕੁਲ ਸਹੀ ਹੈ ਬਿਲਕੁਲ ਵੈਰੀ ਗੁੱਡ ਬਹੁਤ ਅੱਛੇ ਮੰਨਦੇ ਹਾਂ ਮੈਂ ਤੁਹਾਡਾ ਆਨਸਰ ਹੋ ਸਕਦਾ ਹੈ ਤਾਂ ਦੇਖੋ ਇਹਦੇ ਫਰਾਂ ਦੇ ਵਿੱਚ 2 ਡਾਟ ਇਹ ਤਾਂ ਹੋਏਗਾ ਨਹੀਂ ਆਨਸਰ ਇਹ ਨਹੀਂ ਹੋਏਗਾ ਤੇ ਇਹਦੇ ਨੀਚੇ ਵਾਲੇ ਦੇ ਵਿੱਚ 4 ਹੈ ਤੇ ਇਹ ਵੀ ਨਹੀਂ ਹੋਏਗਾ ਤੇ ਨੀਚੇ ਵਾਲਾ ਕਨਸੀਡਰ ਏ ਵਾਲਾ ਕਰ ਰਿਹਾ ਬਿਲਕੁਲ ਆਨਸਰ ਇਹਦਾ ਸਹੀ ਹੈ ਤਾਂ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਵੇਗਾ ਠੀਕ ਹੈ ਇਹ ਚੀਜ਼ ਨੂੰ ਜ਼ਰੂਰ ਸਮਝ ਲੈਣੀ ਹੈ ਚਲੋ ਅਗਲਾ ਕੁਐਸਚਨ ਕਰ ਲੈਣੇ ਆਪਾਂ ਨੈਕਸਟ ਕੁਐਸਚਨ ਸਾਨੂੰ ਇੱਕ ਡਾਟ ਦੇ ਪੇਜ ਤੇ ਦੇ ਰੱਖਿਆ ਹੈ ਡਾਟ ਦੇ ਵਿੱਚ ਦੇਖੋ ਇੱਥੇ ਹੁਣ ਕੀ ਕਿਹਾ ਕਿ ਇਹਨਾਂ ਨੇ ਕਿਹਾ ਕਿ ਇਮੇਜ ਦੇ ਉੱਪਰਲੇ ਪਾਸੇ ਰੱਖੋ ਤਾਂ ਮਤਲਬ ਹੈਗਾ ਕਿ ਇੱਥੋਂ ਇਹ ਚੁੱਕ ਕੇ ਇੰਜ ਹੋ ਜਾਏਗਾ ਚੀਜ਼ ਇਹ ਵੀ ਸਮਝ ਲੈਣੀ ਜ਼ਰੂਰੀ ਹੈ ਠੀਕ ਹੈ ਔਰ ਇਹਦੇ ਵਿੱਚ ਜੋ ਡਾਟ ਸਾਡੇ ਕੋਲ ਇੰਜ ਕਰਕੇ ਦਿੱਤੀਆਂ ਹੋਈਆਂ ਔਰ ਜਦੋਂ ਆਪਾਂ ਇਹਨਾਂ ਨੂੰ ਕਰਾਂਗੇ ਤਾਂ ਇਹੀ ਡਾਟ ਸਾਡੇ ਕੋਲ ਕਿਧਰ ਚੰਦਲ ਇੰਜ ਹੋ ਜਾਏਗਾ ਇਹ ਮਤਲਬ ਇਹ ਵਾਲੀਆਂ ਡਾਟਸ ਇਸ ਹਾਮ ਨਾਲ ਹੋ ਜਾਣੀਆਂ ਬਸ ਇਹ ਤੁਸੀਂ ਆਨਸਰ ਪਿਕ ਕਰ ਲਓ ਤੁਹਾਡਾ ਕਿਹੜਾ ਹਾਂ ਯੈਸ ਗਾਇਸ ਸੋ ਥੈਟ ਕਿ ਆਪਾਂ ਇਹਦੇ ਵਿੱਚ ਦੇਖਾਂਗੇ ਇੱਕ ਚੀਜ਼ ਹੋਰ ਵੀ ਨੋਟਿਸ ਕਰਨੀ ਹੈ ਇੱਕ ਚੀਜ਼ ਅਗਰ ਆਪਾਂ ਹੋਰ ਵੀ ਨੋਟਿਸ ਕਰਾਂਗੇ ਤੇ ਇਹਦੇ ਅੰਦਰ ਡਾਟਸ ਹਨ ਜਿਹੜੀਆਂ ਇੰਜ ਕਰਕੇ ਦਿੱਤੀਆਂ ਹੋਈਆਂ ਠੀਕ ਹੈ ਤਾਂ ਹਮੇਸ਼ਾ ਇਹ ਡਾਟਸ ਵੀ ਕੀ ਹੋਣਗੀਆਂ ਚੇਂਜ ਹੋ ਜਾਣਗੀਆਂ ਅਕੋਰਡਿੰਗ ਟੂ ਦਾ ਕੁਐਸਚਨ ਅਕੋਰਡਿੰਗ ਟੂ ਦਾ ਕੁਐਸਚਨ ਹੈ ਤਾਂ ਇਹ ਡਾਟਸ ਜੋ ਇੱਥੇ ਆਪਾਂ ਨੂੰ ਦੇ ਰੱਖੀ ਨੇ ਉੱਪਰ ਹੀ ਉੱਪਰ ਉੱਪਰ ਵਾਲੀ ਹੋ ਜਾਏਗੀ نیچے ਠੀਕ ਹੈ ਉੱਪਰ ਵਾਲੀ ਹੋ ਜਾਏਗੀ نیچے ਤਾਂ نیچے ਆਪਾਂ ਕਵਾਂਗੇ ਕਿ ਇਹ ਵਾਲੀ ਹੋ ਜਾਏਗੀ ਠੀਕ ਹੈ ਵਿਚਾਲੇ ਜੋ ਸਾਨੂੰ ਇੰਜ ਕਰਕੇ ਦੇ ਰੱਖੀ ਹੈ ਨਾ ਡਾਟ ਇੰਜ ਕਰਕੇ ਤਾਂ ਇਹ ਡਾਟਸ ਵੀ ਸਾਡੇ ਕੋਲੇ ਸੇਮ ਟੂ ਸੇਮ ਹੋ ਜਾਏਗੀ ਕੋਈ ਫਰਕ ਨਹੀਂ ਪੈਣਾ ਤਾਂ ਮਤਲਬ ਆਈ ਥਿੰਕ ਜੋ نیچے-नीचे ਡਾਟ ਆਏਗੀ ਨਾ ਇੰਜ ਕਰਕੇ ਉਹਦੇ ਵਿੱਚ ਇਹੀ ਸਿੰਬਲ ਆਏਗਾ ਇਹ ਸਿੰਬਲ ਫਸਟ 'ਚ ਨਹੀਂ ਹੈ ਇਹ ਸਿੰਬਲ ਸਾਡੇ ਕੋਲ ਆ ਤਾਂ ਪੋਸੀਬਲ ਹੀ ਨਹੀਂ ਹੈ ਜਾਂ ਤਾਂ ਸਾਡੇ ਕੋਲ অপਸ਼ਨ B ਹੈ ਜਾਂ অপਸ਼ਨ D ਹੈ ਬਟ ਸਾਨੂੰ ਇਹ ਵੀ ਚੈੱਕ ਕਰਨਾ ਪਏਗਾ ਕਿ ਅਖੀਰਲੇ ਦੇ ਵਿੱਚ ਸਾਡੇ ਕੋਲੇ ਡਾਟ ਜੋ ਇਦਾਂ ਕਰਕੇ ਹੈ ਉਹਨੇ ਸੇਮ ਹੀ ਆਉਣਾ ਬਟ ਇਹ ਆਪਸ਼ਨ ਨੰਬਰ ਡੀ ਦੇ ਵਿੱਚ ਬਿਲਕੁਲ ਬਿਲਕੁਲ ਆਪਸ਼ਨ ਨੰਬਰ ਡੀ ਬਿਲਕੁਲ ਬਿਲਕੁਲ ਵੈਰੀ ਗੁੱਡ ਬਹੁਤ ਅੱਛੇ ਹੈ ਸ਼ਾਬਾਸ਼ ਬਿਲਕੁਲ ਆਪਸ਼ਨ ਨੰਬਰ ਡੀ ਬਿਲਕੁਲ ਕਨਸੈਪਟ ਬਿਲਕੁਲ ਆਪਸ਼ਨ ਨੰਬਰ ਡੀ ਬਿਲਕੁਲ ਰਾਈਟ ਹੈ ਮੈਮੀ ਸੈਮਾਤਾ ਮੈਕਸਿਮਮ ਸਟੂਡੈਂਟਸ ਕਹਿ ਰਹੇ ਸਰ ਡੀ ਆਪਸ਼ਨ ਆਏਗਾ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਦੇਖਦੇ ਹਾਂ ਮਿਰਰ ਇਮੇਜ ਪਲੇਸ ਇਨ ਦਾ ਐਮ ਐਨ ਅਗਰ ਐਮ ਐਨ ਤੇ ਪਲੇਸ ਕੀਤਾ ਜਾਵੇ ਤਾਂ ਵਿੱਚ ਆਫ ਦਾ ਆਨਸਰ ਫਿਗਰ ਦਾ ਰਾਈਟ ਇਮੇਜ ਆਫ ਦਾ ਮਤਲਬ ਹੁਣ ਦੇਖੋ ਆਪਣੇ ਕੋਲੇ ਕੀ ਕੇਸ ਹੈ ਨਾ ਇੱਧਰ ਇੰਜ ਕਰਕੇ ਮਿਰਰ ਰੱਖਣਾ ਆਪਾਂ ਤਾਂ ਇੱਕ ਟ੍ਰਿਕ ਹਮੇਸ਼ਾ ਯਾਦ ਰੱਖੋ ਕਿ ਅਗਰ ਰੱਖਿਆ ਤੇ ਇਹਦਾ ਜਿੱਦਾਂ ਫੇਸ ਆ ਉਹ ਤਾਂ ਕਦੇ ਵੀ ਨਹੀਂ ਹੋਏਗਾ ਤਾਂ ਮਤਲਬ ਪਹਿਲਾ ਤੇ ਚੌਥਾ ਤਾਂ ਆਨਸਰ ਹੋ ਹੀ ਨਹੀਂ ਸਕਦਾ ਠੀਕ ਹੈ ਤੋ ਜੋ ਸਾਡੇ ਕੋਲੇ ਇਹ ਵਾਲੀਆਂ ਡਾਟਸ ਹਨ ਇੱਥੇ ਅਗਰ ਮੈਂ ਇਹਨੂੰ ਸਮਝਾਵਾਂ ਕਿ ਇਹ ਵਾਲੀਆਂ ਇੱਥੇ ਹੈਗੀਆਂ ਜਦੋਂ ਆਪਾਂ ਪਲਟਾ ਦੇਵਾਂਗੇ ਇਸ ਨੂੰ ਚੇਂਜ ਕਰਾਂਗੇ ਤਾਂ ਦੋਸਤੋ ਇਹ ਵਾਲੀਆਂ ਹਮੇਸ਼ਾ ਇਹ ਸੇਮ ਟੂ ਸੇਮ ਹੀ ਰਹਿਣਗੀਆਂ ਸੇਮ ਟੂ ਸੇਮ ਰਹਿਣੀਆਂ ਤੇ ਇਸ ਕੇਸ ਦੇ ਵਿੱਚ ਸਾਡੇ ਕੋਲੇ অপਸ਼ਨ ਨੰਬਰ ਸੀ ਵੀ ਕੈਵਦੇ ਨਹੀਂ ਹੋਏਗਾ অপਸ਼ਨ ਨੰਬਰ ਬੀ ਆ ਇਟ ਮਾਈਟ ਬੀ ਬਿਲਕੁਲ ਬਿਲਕੁਲ অপਸ਼ਨ ਨੰਬਰ ਬੀ ਬਿਲਕੁਲ ਸਹੀ ਹੋਏਗਾ ਜੀ ਸਾਰੇ ਸਟੂਡੈਂਟਸ सहमत ਹੈ ਬਿਲਕੁਲ ਵੈਰੀ ਗੁੱਡ ਹੈ ਤਾਂ ਦੋਸਤੋ ਇਸ ਸੈਸ਼ਨ ਦੇ ਵਿੱਚ ਹੁਣ ਮੈਂ ਤੁਹਾਨੂੰ ਦੇ ਰਿਹਾ ਟੋਟਲ ਤਕਰੀਬਨ ਤਕਰੀਬਨ 10 ਕੁਐਸਚਨ ਦੇ ਰਿਹਾ ਫੋਰ ਪ੍ਰੈਕਟਿਸ ਫੋਰ ਪ੍ਰੈਕਟਿਸ ਤੁਹਾਨੂੰ ਦੇ ਰਿਹਾ ਹਾਂ ਔਰ ਇਹ ਸਾਰੇ ਸਟੂਡੈਂਟਸ ਪਲੀਜ਼ ਇਸ ਸੈਸ਼ਨ ਦੇ ਵਿੱਚ ਸਾਰੇ ਕੁਐਸਚਨਸ ਮਿਲਣਾ ਸ਼ੇਅਰ ਕਰਨਗੇ ਚਲੋ ਪੰਜਵੇਂ ਨੰਬਰ ਕੁਐਸਚਨ ਪੰਜਵੇਂ ਦਾ ਆਨਸਰ ਦੱਸੋ ਪੰਜਵੇਂ ਦੀ ਉੱਪਰ ਮਿਰਰ ਰੱਖਣੀ ਹੈ ਉੱਤੇ ਮਿਰਰ ਰੱਖਣੀ ਹੈ ਤਾਂ ਕਿ ਉਹਦਾ ਇਮੇਜ ਇੱਧਰ ਜਾਏਗਾ ਇਹ ਪੰਜਵਾਂ ਕੁਐਸਚਨ ਹੈ ਔਰ ਜਿਹੜੇ ਸਟੂਡੈਂਟਸ ਦੇ ਸਭ ਤੋਂ ਜ਼ਿਆਦਾ ਮਾਰਕਸ ਹੋਣਗੇ ਉਸ ਸਟੂਡੈਂਟ ਨੂੰ ਯਾਨੀ ਟੌਪ 5 ਸਟੂਡੈਂਟਸ ਨੂੰ ਸਿਲੈਕਟ ਕਰਕੇ ਔਰ ਗਿਲਜ 멘ਟਰ ਦੀ ਟੀਮ ਵੱਲੋਂ ਤੁਹਾਨੂੰ ਗਿਫਟ ਵੀ ਦਿੱਤਾ ਜਾਏਗਾ ਇਹ ਯਾਦ ਰੱਖੋ ਔਰ ਇਹ ਸੈਸ਼ਨ ਆਫ ਹੋਣ ਤੋਂ ਬਾਅਦ ਸੈਸ਼ਨ ਆਫ ਹੋਣ ਤੋਂ ਬਾਅਦ ਸਾਰੇ ਸਟੂਡੈਂਟਸ ਦਾ ਸਾਰੇ ਸਟੂਡੈਂਟਸ ਦਾ ਆਨਸਰ ਆਉਣਾ ਲਾਜ਼ਮੀ ਹੈ ਠੀਕ ਹੈ ਚਲੋ ਗਾਇਸ ਕੁਐਸਚਨ ਨੰਬਰ 6ਵਾਂ ਦੇਖ ਲਓ 6ਵੇਂ ਕੁਐਸਚਨ ਦੇ ਵਿੱਚ ਮਿਰਰ ਇਧਰਲੇ ਪਾਸੇ ਰੱਖਣਾ ਹੈ ਤਾਂ ਆਨਸਰ ਇਧਰ ਆਉਣਾ ਚਾਹੀਦਾ ਹੈ ਵੈਰੀ ਗੁੱਡ ਬਹੁਤ ਅੱਛੇ ਹੈ ਸਕਰੀਨਸ਼ਾਟ ਲੈਨੋ ਚਲਦੇ ਹੋਏ ਸੈਸ਼ਨ 'ਚ ਸਕਰੀਨਸ਼ਾਟ ਲੈ ਲਓ ਔਰ ਇਸ ਸੈਸ਼ਨ ਦੇ ਐਂਡ ਦੇ ਵਿੱਚ ਜਦੋਂ ਸੈਸ਼ਨ ਆਫ ਹੋ ਗਿਆ ਉਦੋਂ ਹੀ ਤੁਸੀਂ ਆਪਣਾ ਆਨਸਰ ਦੇਣਾ ਹੈ ਠੀਕ ਹੈ ਚਲੋ ਇਹ ਲਾਈਵ ਟੈਸਟ ਹੈ ਤੁਹਾਡਾ অপশন क्वेश्चन नंबर 7వ 7వ ਦੇ ਵਿੱਚ ਤੁਸੀਂ ਚੈੱਕ ਕਰੋ ਵੀ ਕੀ ਆਨਸਰ ਹੋਏਗਾ ਮੈਂ ਆਨਸਰ ਨਹੀਂ ਦੱਸਾਂਗਾ ਮੈਂ ਤੁਹਾਨੂੰ ਤਰੀਕਾ ਟੈਕਨੀਕਸ ਦੱਸਤੀ ਹੈ ਕਿਉਂਕਿ ਮਾਈਂਡ ਤੇ ਤੁਹਾਡੇ ਜ਼ੋਰ ਪਾਉਣਾ ਤੁਸੀਂ ਹੁਣ ਤੁਸੀਂ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਓਨਾ ਹੀ ਬਿਹਤਰ ਹੋਏਗਾ ਰਾਈਟ ਹੈ ਚਲੋ ਜੀ ਬਿਲਕੁਲ 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 ਇਹਦਾ ਕੋਈ ਪੀਡੀਐਫ ਨਹੀਂ ਮਿਲੇਗਾ ਯਾਦ ਰੱਖੋ ਕੋਈ ਪੀਡੀਐਫ ਨਹੀਂ ਮਿਲੇਗਾ ਇਹ ਚਲਦੇ ਹੋਏ ਸੈਸ਼ਨ ਸੀ ਤੁਹਾਨੂੰ ਦੇਖਣਾ ਪਏਗਾ ਯਾਦ ਰੱਖੋ ਇਸ ਚੀਜ਼ ਨੂੰ ਠੀਕ ਹੈ ਚਲੋ ਗਾਇਸ ਵੈਰੀ ਗੁੱਡ ਬਹੁਤ ਅੱਛੇ ਹੈ ਸਿਰਫ ਮੈਂ ਤੁਹਾਨੂੰ ਇਸ ਕਰਕੇ ਚਲਾਉਣਾ ਚਾਹੁੰਦਾ ਕਿ ਸਾਡੇ ਜਿੰਨੇ ਵੀ ਰੇਸ ਦੇ ਘੋੜਿਆਂ ਤੁਸੀਂ ਕਿਸੇ ਦੇ ਮਤਲਬ ਡਿਪੈਂਡ ਨਾ ਹੋ ਜੋ ਕਿ ਹਾਂਜੀ ਪ੍ਰੈਕਟਿਸ ਸੈਟ ਆਏਗਾ ਜੀ ਉੱਥੇ ਮੱਥਾ ਮਾਰ ਲਾਂਗੇ ਨਹੀਂ ਤੁਹਾਡੇ ਚ ਕਾਬਿਲਤ ਹੈ ਨਾ ਤਾਂ ਤੁਸੀਂ ਇੱਥੇ ਵੀ ਕਰ ਸਕਦੇ ਹੋ ਅਗਰ ਇੱਥੇ ਨਹੀਂ ਆਨਸਰ ਦੇ ਸਕਦੇ ਤਾਂ ਇਟ ਮੀਨਸ ਹੈ ਕਿ ਤੁਹਾਡੇ ਚ ਕਾਬਿਲਤ ਨਹੀਂ ਹੈ ਫਿਰ ਰਾਈਟ ਹੈ ਚਲੋ ਨੌਵਾਂ ਕੁਐਸਚਨ ਦੇਖੋ ਨੌਵੇਂ ਕੁਐਸਚਨ ਦੇ ਵਿੱਚ ਕੀ ਆਨਸਰ ਆਏਗਾ ਫਟਾਫਟ ਦੇਖ ਲਓ ਸਾਰੇ ਚੱਬੂਜੇ ਦੇ ਰੱਖੇ ਇਹਨਾਂ ਦਾ ਕੀ ਆਨਸਰ ਆਏਗਾ ਠੀਕ ਹੈ ਇਹ ਵਾਲਾ ਸਾਡੇ ਕੋਲ অপਸ਼ਨ ਨੰਬਰ ਪਹਿਲਾ ਆ ਇਹ ਦੂਜਾ ਬਹੁਤ ਅੱਛਾ ਕਵਿਕਲੀ 10ਵਾਂ ਨੰਬਰ ਕੁਐਸਚਨ ਫਟਾਫਟ ਦੇਖੋ 10ਵੇਂ ਨੰਬਰ ਕੁਐਸਚਨ ਦੇ ਵਿੱਚ ਜੋ ਸਾਨੂੰ ਅੱਖਰ ਦਿਖ ਰੱਖੇ ਆ ਉਹ ਇੰਜ ਕਰਕੇ ਈ ਹੈ ਇੰਜ ਕਰਕੇ ਸਾਡੇ ਕੋਲੇ ਐਨ ਹੈ ਠੀਕ ਹੈ ਇੱਥੇ ਸਾਡੇ ਕੋਲੇ ਆਈ ਦੇ ਰੱਖਿਆ ਇੱਥੇ ਸਾਡੇ ਕੋਲੇ ਐਂ ਕਰਕੇ ਆਰ ਦੇ ਰੱਖਿਆ ਇੱਥੇ ਸਾਡੇ ਕੋਲ ਏ ਹੈ ਤੇ ਇੱਥੇ ਸਾਡੇ ਕੋਲ ਐਮ ਹੈ ਬਸ ਇਹਨੂੰ ਤੁਸੀਂ ਚੈੱਕ ਕਰਨਾ ਵੀ ਤੁਹਾਡੇ ਕੋਲੇ ਕਿਹੜਾ ਵਾਲਾ ਆਨਸਰ ਬਣੇਗਾ ਹਾਲਾਂਕਿ ਵੈਰੀ ਗੁੱਡ ਬਹੁਤ ਅੱਛੇ ਕਵਿਕ 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 ਸ਼ਾਬਾਸ਼ ਠੀਕ ਹੈ ਇਸ ਤੋਂ ਬਾਅਦ ਹੋ ਗਿਆ ਸਾਡੇ ਕੋਲੇ ਕੁਐਸਚਨ ਨੰਬਰ 11ਵਾਂ ਬਹੁਤ ਅੱਛਾ ਇੰਪੋਰਟੈਂਟ ਕੁਐਸਚਨ ਹੈ ਵੀ ਠੀਕ ਹੈ 11ਵਾਂ ਨੰਬਰ ਕੁਐਸਚਨ ਤੁਸੀਂ ਮਿਰਰ ਜਿੱਧਰਲੇ ਪਾਸੇ ਤੁਹਾਨੂੰ MN ਦਿੱਤਾ ਹੈ ਨਾ ਉਧਰਲੇ ਪਾਸੇ ਤੁਸੀਂ ਮਿਰਰ ਰੱਖ ਦੇਣਾ ਠੀਕ ਹੈ ਚਲੋ ਜੀ 12ਵੇਂ ਕੁਐਸਚਨ ਦਾ ਸਕਰੀਨਸ਼ਾਟ ਲੈ ਲਓ ਗਾਇਸ ਮੈਂ 12ਵੇਂ ਕੁਐਸਚਨ ਦਾ ਸਕਰੀਨਸ਼ਾਟ ਲੈ ਲਓ ਬਹੁਤ ਅੱਛਾ ਕੁਐਸਚਨ ਹੈ ਔਰ ਇਹਦਾ ਸਹੀ ਆਨਸਰ ਤੁਸੀਂ ਕਮੈਂਟ ਬਾਕਸ ਮੈਨੂੰ ਦੇਣਾ ਹੈ ਆਫਟਰ ðiਸ ਸੈਸ਼ਨ ਇਸ ਸੈਸ਼ਨ ਤੋਂ ਬਾਅਦ ਚਲੋ ਜੀ 13ਵਾਂ ਕੁਐਸਚਨ ਤੁਹਾਨੂੰ ਦੇ ਰੱਖਿਆ ਇੰਪੋਰਟੈਂਟ ਕੁਐਸਚਨ ਹੈ ਮਿਰਰ ਰੱਖਣਾ ਵਾ ਇਹਦੇ ਇਧਰਲੇ ਪਾਸੇ ਰੱਖਣਾ ਹੈ ਦੱਸਣਾ ਫਟਾਫਟ ਤੁਹਾਡੇ ਕੋਲ ਆਪਸ਼ਨ ਨ ਬਿਲਕੁਲ ਵੀ ਬਿਲਕੁਲ ਬਿਲਕੁਲ اور ਮੇਰੀ ਗਾਰੰਟੀ ਹੈ ਇਸ ਸੈਸ਼ਨ ਤੋਂ ਬਾਅਦ ਤੁਹਾਨੂੰ ਕਦੇ ਵੀ ਕੁਝ ਵੀ ਨੀ ਚੈੱਕ ਕਰਨਾ ਪਏਗਾ بار بار ਕਿ ਹਾਂਜੀ ਸਰ ਜੀ ਕਦੇ ਵੀ ਆਪਾਂ ਪੰਨਾ ਪਲਟ ਕੇ ਦੇਖੀਏ ਜੀ ਵਾਟਰ ਇਮੇजेस ਔਰ ਮਿਰਰ ਇਮੇजेस ਦੇ ਵਿੱਚ ਕੱਲ ਆਪਾਂ ਇਦਾਂ ਹੀ ਵਾਟਰ ਇਮੇजेस ਦੇ ਕੁਐਸਚਨ ਕਰਾਂਗੇ ਯਾਦ ਰੱਖਣਾ ਹੈ ਠੀਕ ਹੈ ਚਲੋ ਜੀ ਚਲੋ ਵੈਰੀ ਗੁੱਡ ਬਹੁਤ ਅچھے ਸ਼ਾਬਾਸ਼ ਸ਼ਾਬਾਸ਼ ਬੱਚੇ ਸ਼ਾਬਾਸ਼ 15ਵਾਂ ਕੁਐਸਚਨ ਅੱਜ ਦੀ ਸੀਰੀਜ਼ ਦਾ ਆਖੀਰਲਾ ਕੁਐਸਚਨ ਨੋਟ ਕਰ ਲਓ ਔਰ ਇਹਦਾ ਆਨਸਰ ਕਮੈਂਟ ਬਾਕਸ 'ਚ ਦੇਣਾ ਠੀਕ ਹੈ ਔਰ ਅੱਜ ਯਾਦ ਰੱਖਣਾ ਹੈ ਕਿ ਮੈਨਸ਼ੂਰੇਸ਼ਨ ਦੀ ਕਲਾਸ ਨਹੀਂ ਹੋਏਗੀ ਔਰ ਮੈਨਸ਼ੂਰੇਸ਼ਨ ਦੀ ਕਲਾਸ ਹੋਏਗੀ ਕੱਲ ਬਿਲਕੁਲ ਸੇਮ ਟਾਈਮ ਮੈਨਸ਼ੂਰੇਸ਼ਨ ਕੱਲ ਸ਼ਾਮ ਨੂੰ 8 ਵਜੇ ਮਿਲਾਂਗੇ ਯਾਦ ਰੱਖੋ ਔਰ ਥੈਂਕ ਯੂ ਸੋ ਮੱਚ ਔਰ ਸਰਪ੍ਰਾਈਜ਼ ਬਹੁਤ ਜਲਦੀ ਤੁਹਾਡੇ ਤੱਕ ਆਉਣ ਵਾਲਾ ਦੇਖਾਂਗੇ ਸਭ ਸਭ ਤੋਂ ਜ਼ਿਆਦਾ ਕਿਹਦੇ ਆਨਸਰ ਸਹੀ ਆਉਂਦੇ ਹਨ ਕਿਹੜਾ ਸਭ ਤੋਂ ਪਹਿਲਾ ਆਨਸਰ ਦਿੰਦਾ ਹੈ ਥੈਂਕ ਯੂ ਸੋ ਮੱਚ ਐਂਡ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਸਾਰੇ ਮੈਂ ਗਿਲਜ 멘ਟਰ ਦੇ ਆਫੀਸ਼ੀਅਲ YouTube ਚੈਨਲ ਤੇ ਵੈਲਕਮ ਕਰ ਰਹੇ ਹਾਂ। ਔਰ ਅੱਜ ਅਸੀਂ ਕਰਨ ਜਾ ਰਹੇ ਹਾਂ ਰੀਜਨਿੰਗ ਦਾ ਇੱਕ ਨਵਾਂ ਕਨਸੈਪਟ ਯਾਨੀ ਸਾਡੀ ਜੋ ਕਲਾਸ ਹੋਏਗੀ ਉਹ ਨੈਕਸਟ ਕਲਾਸ ਅੱਜ। ਅੱਜ ਅਸੀਂ ਕਰਨ ਜਾਵਾਂਗੇ ਬਹੁਤ ਹੀ ਖੂਬਸੂਰਤ ਟੌਪਿਕ ਹੈ ਜੋ ਐਗਜ਼ਾਮ ਦੇ ਅੰਦਰ ਤੁਹਾਨੂੰ ਜ਼ਿਆਦਾ ਨਹੀਂ ਤਾਂ ਮੈਂ ਕਹਿ ਸਕਦਾ ਕਿ ਦੋ ਕੁਐਸਚਨ ਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਔਰ ਬਹੁਤ ਹੀ ਸਾਰੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਵੀ ਇਹ ਅੱਜ ਦਾ ਸੈਸ਼ਨ ਬਹੁਤ ਇੰਪੋਰਟੈਂਟ ਹੋਏਗਾ। ਖਾਸ ਤੌਰ ਤੇ ਜਿੰਨੇ ਵੀ ਸਟੂਡੈਂਟਸ ਪੀਪੀਐਸਸੀ ਦੀ ਪ੍ਰੈਪਰੇਸ਼ਨ 'ਚ ਲੱਗੇ ਨੇ ਯਾ ਇਸ ਤੋਂ ਇਲਾਵਾ ਜਿਨ੍ਹਾਂ ਦਾ ਖਵਾਬ ਹੈਗੇ ਪੁਲਿਸ ਡਿਪਾਰਟਮੈਂਟ ਚ ਜਾਣਾ ਯਾ ਐਕਸਾਈਜ਼ ਡਿਪਾਰਟਮੈਂਟ ਚ ਜਾਣਾ ਯਾ ਖਾਸ ਤੌਰ ਤੇ SSC ਯੂਰਨਟੀਪੀਸੀ ਤੁਹਾਡੇ ਸਾਰੇ ਕਨਸੈਪਟ ਨੂੰ ਧਿਆਨ ਚ ਰੱਖਦੇ ਹੋਏ ਅੱਜ ਦਾ ਸੈਸ਼ਨ ਬਹੁਤ ਹੀ ਖੂਬਸੂਰਤ ਡਿਜ਼ਾਈਨ ਕੀਤਾ ਗਿਆ ਇੱਕ ਬਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਖੂਬਸੂਰਤ ਔਰ ਵਿਦਵਾਨ ਮਿੱਤਰ ਸਾਡੇ ਨਾਲ ਜੁੜੇ ਨੇ ਕਿਉਂਕਿ ਅੱਜ ਦੇ ਸੈਸ਼ਨ ਚ ਆਪਾਂ ਖੂਬਸੂਰਤ ਗੱਲਾਂ ਬਾਤਾਂ ਵੀ ਕਰਾਂਗੇ ਔਰ ਤੁਹਾਡਾ ਸੈਸ਼ਨ ਵੀ ਕਵਰ ਕਰਾਂਗੇ ਬਹਿਰhaal ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਦਿਨ-ਪ੍ਰਤੀ ਦਿਨ ਪ੍ਰੇਪਰੇਸ਼ਨ ਕਰ ਰਹੇ ਹੋ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜਿਵੇਂ ਪਤਝੜ ਆਉਂਦੀ ਹੈ ਔਰ ਉਦਾਂ ਪੱਤੇ ਜਿਵੇਂ ਝੜ ਜਾਂਦੇ ਨੇ ਬਟ ਤੁਸੀਂ ਇਹ ਨਹੀਂ ਹੋਣਾ ਚਾਹੀਦਾ ਕਿ ਮੌਸਮ ਵਾਂਗੂ ਪਤਝੜ ਵਾਂਗੂ ਹਾਂਜੀ ਇੱਕ ਇਗਜ਼ਾਮ ਹੋ ਗਿਆ ਝੜ ਗਏ ਹਮੇਸ਼ਾ ਆਪਣੇ ਮੁਖ ਤੇ ਆਪਣੇ ਖਵਾਬ ਔਰ ਆਪਣੇ ਜਜ਼ਬਾਤਾਂ ਦੇ ਵਿੱਚ ਹਰੀਆਲੀ ਰੱਖੋ ਹਰੀਆਲੀ ਰੱਖੋਗੇ ਤਾਂ ਕਮ ਸੇ ਕਮ ਤੁਹਾਡੀ ਬਾਡੀ ਦਾ ਇੱਕ ਪੋਜ਼ਿਟਿਵ ਔਰਾ ਹੋਏਗਾ ਕਿਉਂਕਿ ਜੋ ਇਨਸਾਨ ਖੁਦ ਦੀ ਇੱਜ਼ਤ ਨਹੀਂ ਨਾ ਕਰ ਸਕਦਾ ਉਹ ਕਹਿੰਦਾ ਕਿਸੇ ਦੀ ਵੀ ਇੱਜ਼ਤ ਨਹੀਂ ਕਰ ਸਕਦਾ ਇਹ ਵੀ ਜ਼ਰੂਰੀ ਹੈ ਕਿਉਂਕਿ ਖੁਦ ਦੀ ਤੁਹਾਡੀ ਰਿਸਪੈਕਟ ਹੈ ਤਾਂ ਤੁਸੀਂ ਕੁਝ ਵੀ ਕੰਮ ਦੇ ਵਿੱਚ ਆਪਣਾ ਪੋਜ਼ੀਟਿਵ ਐਟੀਟਿਊਡ ਲਾ ਸਕਦੇ ਹੋ ਜਿਵੇਂ ਸਿਆਣੇ ਲੋਕ ਕਹਿੰਦੇ ਨੇ ਪਿੰਡਾਂ ਦੇ ਵਿੱਚ ਇਹ ਜਿੱਥੇ ਵੀ ਕਹਿੰਦੇ ਨੇ ਕਹਾਵਤ ਬਣੀ ਹੈ ਕਹਿੰਦੇ ਕਿ ਇਹ ਜਿੱਥੋਂ ਲੋਕ ਸੋਚਣਾ ਬੰਦ ਕਰਦੇ ਆ ਬੋਲੇ ਇਹ ਫਲਾਣਾ ਬੰਦਾ ਉੱਥੋਂ ਸੋਚਣਾ ਸ਼ੁਰੂ ਕਰਦਾ ਹੈ ਸਾਡੇ ਅੰਦਰ ਇਹੋ ਜਿਹੀ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਇਹੋ ਜਿਹੀ ਸ਼ਮਤਾ ਹੋਣੀ ਚਾਹੀਦੀ ਹੈ ਕੀ ਅਸੀਂ ਕਿਸੇ ਵੀ ਕੰਮ ਨੂੰ ਨਾ ਮੁਮਕਨ ਨੂੰ ਮੁਮਕਨ ਕਰ ਸਕੀਏ ਹਜੇ ਤੱਕ ਆਫੀਸ਼ੀਅਲੀ ਨੋਟੀਫਿਕੇਸ਼ਨ ਨਹੀਂ ਆਇਆ ਸਾਡੇ ਕੋਲੇ ਇੰਨਾ ਅੱਛਾ ਮੌਕਾ ਆ ਕਿ ਅਸੀਂ ਤੜਾ-ਤੜੀ ਦੀ ਤਿਆਰੀ ਕਰ ਲਈਏ ਔਰ ਇੰਨੀ ਜ਼ਬਰਦਸਤ ਤਿਆਰੀ ਕਰ ਲਈਏ ਕਿ ਘਟੋ-ਘਟ ਸਾਨੂੰ 4 ਦਿਨਾਂ ਦੇ ਵਿੱਚ ਆਉਣ ਵਾਲੀਆਂ ਪੋਸਟਾਂ ਦੇ ਪੇਪਰ ਦੇ ਸਬੰਧ ਵਿੱਚ ਇਹ ਸੋਚਣਾ ਨਹੀਂ ਪਵੇ ਹਾਏ ਪੇਪਰ ਆ ਗਿਆ ਜਿਵੇਂ ਪੀਐਸਪੀਸੀਐਲ ਚ ਭਾਜੜਾ ਪਈਆਂ ਸੀਆਂ ਤਾਂ ਇਦਾਂ ਹੀ ਮੈਂ ਤੁਹਾਡੇ ਨਾਲ ਇੱਕ ਚੰਦ ਲਾਈਨਾਂ ਸ਼ੇਅਰ ਕਰਨਾ ਚਾਹਾਂਗਾ ਕਿਸੇ ਵਿਦਵਾਨ ਮਿੱਤਰ ਨੇ ਤੁਹਾਡੇ ਅਰਗੇ ਨੇ ਭੇਜੀਆਂ ਬਟ ਮੈਨੂੰ ਬਹੁਤ ਚੰਗੀਆਂ ਲੱਗੀਆਂ ਵੇਖ ਫਰੀਦਾ ਮਿੱਟੀ ਖੁੱਲੀ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਏ ਤੇ ਅੰਤ ਮਿੱਟੀ ਦਾ ਮਿੱਟੀ ਹੋਏ ਕੀ ਬਾਤ ਹੈ ਨਾਕਰ ਬੰਦਿਆ ਮੇਰੀ ਮੇਰੀ ਨਾ ਇਹ ਤੇਰੀ ਨਾ ਇਹ ਮੇਰੀ ਨਾਕਰ ਬੰਦਿਆ ਮੇਰੀ ਮੇਰੀ ਨਾ ਇਹ ਤੇਰੀ ਨਾ ਇਹ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਗਈ ਢੇਰੀ ਕੀ ਬਾਤ ਹੈ ਫੇਰ ਮਿੱਟੀ ਦੀ ਬਣ ਗਈ ਢੀਰੀ ਨਾ ਕਰ ਇੱਥੇ 헤ਰਾ ਫੇਰੀ ਮਿੱਟੀ ਨਾਲ ਨਾ ਧੋਖਾ ਕਰ ਤੂੰ ਮਿੱਟੀ ਨਾਲ ਨਾ ਧੋਖਾ ਕਰ ਤੂੰ ਤੂੰ ਵੀ ਮਿੱਟੀ ਉਹ ਵੀ ਮਿੱਟੀ ਤੂੰ ਵੀ ਮਿੱਟੀ ਉਹ ਵੀ ਮਿੱਟੀ ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਪਾਤ ਦੀ ਗੱਲ ਨਾ ਕਰ ਤੂੰ ਕਿ ਜਾਤ ਵੀ ਮਿੱਟੀ ਤੇ ਪਾਤ ਵੀ ਮਿੱਟੀ ਤੇ ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ 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 ਵਾਹ ਕੀ ਖੂਬਸੂਰਤ ਹੈ ਬੁੱਲੇ ਸ਼ਾਹ ਦੇ ਲਿਖੇ ਹੋਏ ਚਾਰ ਲਾਈਨਾਂ ਨੇ ਇਹ ਜੋ ਤੁਹਾਡੇ ਤੱਕ ਮੈਂ ਇਹ ਪੜ੍ਹ ਕੇ ਤੁਹਾਨੂੰ ਦੱਸਿਆ ਵਾ ਸ਼ੇਅਰ ਕੀਤੀਆਂ ਤੁਹਾਡੇ ਨਾਲ ਅੱਜ ਦੀ ਕਲਾਸ ਪੰਜਾਬ ਪਟਵਾਰੀ ਮਿਸ਼ਨ 90 ਦਿਨਾਂ ਦੇ ਤਹਿਤ ਅੱਜ ਅਸੀਂ ਕਰਨ ਜਾ ਰਹੇ ਹਾਂ ਬਹੁਤ ਹੀ ਖੂਬਸੂਰਤ ਟੌਪਿਕ ਹੈ ਇੱਥੇ ਇੱਕ ਕਨਸੈਪਟ ਹੈ ਕਿ ਮਿਰਰ ਇਮੇਜ ਇਸ ਮਿਰਰ ਇਮੇਜ ਦੀ ਜਗ੍ਹਾ ਥੋੜਾ ਬਾਈ ਦਾ ਵੀ ਤੁਸੀਂ ਵਾਟਰ ਇਮੇजेस ਨੋਟ ਰੱਖਣਾ ਕਿ ਅੱਜ ਦਾ ਜੋ ਕਨਸੈਪਟ ਹੋਏਗਾ ਉਹ ਵਾਟਰ ਇਮੇजेस ਹੋਏਗਾ ਯਾਦ ਰੱਖਣਾ ਜਿੰਨੇ ਵੀ ਸਟੂਡੈਂਟਸ ਬਹੁਤ ਅੱਛਾ ਹੈ ਥੈਂਕ ਯੂ एवरीवन ਤੁਸੀਂ ਆਪਣਾ ਆਪਣਾ ਬਹੁਤ ਅੱਛਾ ਆਨਸਰਸ ਦਿੱਤਾ ਹੈ ਅੱਜ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਚੋਂ ਜਿੰਨੇ ਵੀ ਕੰਟੀਨਿਊ ਸਟੂਡੈਂਟਸ ਹੈ ਉਹ ਰੈਗੂਲਰ ਰਿਪਲਾਈਜ਼ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਸ਼ਾਰਟਲਿਸਟ ਵੀ ਕਰਾਂਗੇ ਅੱਗੇ ਆਉਣ ਵਾਲੇ ਕੁਝ ਦਿਨਾਂ 'ਚ ਔਰ ਉਹਨਾਂ ਨੂੰ ਸਾਡੀ ਤਰਫੋਂ ਗਿਫਟ ਵੀ ਦਿੱਤਾ ਜਾਏਗਾ ਰਾਈਟ ਹੈ ਬਹਰ ਹਾਲ ਅੱਜ ਦੇ ਟੌਪਿਕ ਦੇ ਵਿੱਚ ਦੇਖੋ ਵਾਟਰ ਇਮੇਜ ਦੇ ਵਿੱਚ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵਾਪਸ ਤੋਂ ਰਿਪੀਟ ਕਰ ਦਿੰਨਾ ਕਿ ਜਿੱਦੇ ਜਦੋਂ ਕਿ ਕੋਈ ਤੀਰ ਦਾ ਸਿੰਬਲ ਇਦਾਂ ਆ ਤੇ ਪਾਣੀ ਦੇ ਵਿੱਚ ਜਦੋਂ ਗੱਲ ਹੋਏਗੀ ਨਾ ਤੇ ਇਹ ਉਲਟਾ ਹੋ ਜਾਏਗਾ ਬਸ ਇੰਨੀ ਗੱਲ ਯਾਦ ਰੱਖਣੀ ਹੈ ਹੋਰ ਕੁਝ ਨਹੀਂ ਹੈ ਹੋਰ ਕੁਝ ਨਹੀਂ ਹੈ ਬਸ ਇੱਕ ਤੁਸੀਂ ਦੇਖੋ ਇਸ ਇਮੇਜ ਦੇ ਅੰਦਰ نیچے ਪਾਣੀ ਹੈ ਉੱਪਰ ਡੌਗ ਹੈ ਠੀਕ ਹੈ ਤੇ ਡੌਗੀ ਦੀ ਇਮੇਜ ਹੂ ਹੂ ਜਿੱਧਰ ਮੂੰਹ ਹੈ ਉਧਰ ਹੀ ਹੈ ਜਿੱਧਰ ਉਹਦੀ ਮੈਂ ਕਹਿ ਸਕਦਾ ਨਾ ਲੱਤਾਂ ਨੇ ਉਧਰ ਹੀ ਲੱਤਾਂ ਨੇ ਜਿਹੜੀ ਲੈਗ ਅੱਗੇ ਹੈ ਉਹੀ ਅੱਗੇ ਰਹੇਗੀ ਇਹ ਚੀਜ਼ ਮਿਰਰ ਇਮੇਜ ਉਲਟੀ ਹੋ ਜਾਂਦੀ ਹੈ ਬਟ ਇੱਥੇ ਉਲਟੀ ਨਹੀਂ ਹੋਏਗੀ ਬਸ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਚਲੋ ਜਿੱਦਾਂ ਦੂਜੀ ਚੀਜ਼ ਤੁਸੀਂ ਇਹ ਵਾਲੀ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਹਾਨੂੰ ਅਲਫਾਬੈਟ ਦਿੱਤੇ ਜਾਣਗੇ ਔਰ ਅਲਫਾਬੈਟ ਇਦਾਂ ਹੋ ਜਾਣਗੇ ਨੰਬਰ ਦੀ ਗੱਲ ਕਰੀਏ ਜਿਵੇਂ ਆਹ 1 ਹੈ ਠੀਕ ਹੈ ਇਹਨੂੰ ਆਪਾਂ ਉਲਟਾ ਕਰਾਂਗੇ ਨਾ ਤੇ ਇਹ ਵਾਲਾ ਇੰਜ ਹੋ ਜਾਏਗਾ ਮੇਰੀ ਗੱਲ ਸਮਝ ਪਾ ਰਹੇ ਹੋ ਅਗਰ ਇਹ ਵਾਲਾ 2 ਹੈ ਨਾ ਇਹ ਉਲਟਾ ਹੋ ਜਾਏਗਾ ਜਿਵੇਂ 3 ਹੈ ਤਾਂ ਇਹਨੂੰ ਉਲਟਾ ਕਰਾਂਗੇ ਤੇ ਇਹ ਇੰਜ ਹੀ ਰਹੇਗਾ ਬਾਈ ਦਾ ਵੇ ਸਮਝਣਾ ਹੈ ਔਰ ਅਗਰ ਇਹੇ ਤਿੰਨ ਤੁਹਾਡਾ ਮਿਰਰ ਇਮੇਜ ਹੁੰਦਾ ਮੇਰੇ ਦੋਸਤੋ ਇਹਨੇ ਇੰਜ ਬਣ ਜਾਣਾ ਸੀਗਾ ਗੈਟਿੰਗ ਮਾਈ ਪੁਆਇੰਟ ਮੈਂ ਤੁਹਾਨੂੰ ਕੀ ਸਮਝਾਉਣਾ ਚਾ ਰਿਹਾ ਪਲੀਜ਼ ਕਮੈਂਟਸ ਦੇ ਅੰਦਰ ਮੈਨੂੰ ਦੱਸ ਦਿਆ ਕਰੋ ਕਿ ਸਰ ਬਿਲਕੁਲ ਓਕੇ ਰਿਪੋਰਟ ਔਰ ਸ਼ੇਅਰ ਕਰਨ ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਅਗਰ ਤੁਸੀਂ 10 ਜਣੇ ਵੀ ਕੈਂਡੀਡੇਟ ਜਿੰਨੇ ਵੀ ਸਟੂਡੈਂਟਸ ਜੁੜਿਓ ਆਲਮੋਸਟ ਨੀਅਰ ਅਬਾਊਟ +70000 ਪੀਪਲ ਸਾਡੇ ਨਾਲ ਜੁੜੇ ਹੋਏ ਨੇ ਰਾਈਟ ਹੈ ਦੋਸਤੋ ਜੇ ਤੁਸੀਂ ਮੈਕਸਿਮਮ ਤੁਹਾਡੇ ਚੋਂ 1000 ਬੱਚਾ ਪੂਰੀ ਤਸੱਲੀ ਨਾਲ ਸ਼ੇਅਰ ਕਰ ਦਿਓ ਤਾਂ ਕਿ ਫੇਸਬੁੱਕ ਵਾਲੇ ਖੁਦ ਵੀ ਕਹਿ ਦੇਣ ਕਿ ਹਾਂਜੀ ਪੰਜਾਬ ਵਾਸਤੇ ਘਰੇ ਬੈਠ ਕੇ ਤਿਆਰੀ ਕਰਨ ਵਾਲੇ ਕੋਈ ਨਾ ਕੋਈ ਹੈਗੇ ਔਰ ਕਰੋਨ ਵਾਲੇ ਵੀ ਕੋਈ ਨਾ ਕੋਈ ਹੈਗੇ ਆ ਠੀਕ ਹੈ ਇਹ ਚੀਜ਼ ਤੁਸੀਂ ਕਰਾ ਸਕਦੇ ਹੋ ਤੁਹਾਡੇ ਚ ਕਾਬਿਲਤ ਹੈ ਤਾਂ ਕਿ ਹਰ ਇੱਕ ਸਟੂਡੈਂਟ ਕਿਉਂਕਿ ਅੱਛਾ ਨਹੀਂ ਲੱਗਦਾ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਮੈਸੇजेस ਪੜ੍ਹਦੇ ਹਾਂ ਬੱਚਿਆਂ ਦੇ ਔਰ ਬਲਕਿ ਫੋਨ ਹੁੰਦਾ ਸਰ ਜੀ ਕਲਾਸਿਸ ਕਿਹੜੇ ਟਾਈਮ ਚੱਲ ਰਹੀਆਂ ਕਿੰਨੇ ਵੇਚ ਚੱਲ ਰਹੀਆਂ ਇਹ ਚੀਜ਼ਾਂ ਪੰਜਾਬ ਪਟਵਾਰੀ ਦੇ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਬਸ ਬਾਕੀ ਕੰਮ ਸਾਡਾ ਜ਼ਿੰਮੇਵਾਰੀ ਹੈ ਕਲੀਅਰ ਚਲੋ ਜੀ ਵੈਰੀ ਗੁੱਡ ਬਹੁਤ ਅੱਛੇ ਹੈ ਇਸ ਤੋਂ ਇਲਾਵਾ ਇਹ ਚੀਜ਼ਾਂ ਤੁਸੀਂ ਨੋਟ ਕਰਨੀਆਂ ਹੈ ਜੈਡ ਦੀ ਜੈਡ ਦੀ ਪੋਜੀਸ਼ਨ ਹੈ ਤੁਸੀਂ ਬਸ ਬਾਏ ਦਾ ਵੀ ਇਸ ਇਮੇਜਿਨੇਸ਼ਨ ਤੁਹਾਡੀ ਮਜ਼ਬੂਤ ਆਪਾਂ ਕੁਐਸਚਨ ਸੀਰੀਜ਼ ਤੇ ਪਹੁੰਚਾਂਗੇ ਤੇ ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਤੁਹਾਨੂੰ ਸਕਰੀਨ ਤੇ ਇਹ ਦਿੱਤਾ ਔਰ ਇੱਕ ਗੱਲ ਤੁਹਾਡੇ ਵਿੱਚ ਮੈਂ ਸਾਂਝੀ ਕਰਾਂਗਾ 1500 ਬੈਸਟ ਮੈਨਸ਼ੂਰੇਸ਼ਨ ਐਮਸੀਕਿਊ ਵਿਦ ਐਕਸਪਲੇਨੇਸ਼ਨ ਬਹੁਤ ਹੀ ਜਲਦੀ ਅਸੀਂ ਇੱਕ ਸ਼ਾਰਟ ਬੁੱਕ ਤੁਹਾਡੇ ਵਿੱਚ ਲੈ ਕੇ ਆ ਰਹੇ ਹਾਂ ਜੋ ਪੰਜਾਬ ਪਟਵਾਰੀ ਦੇ ਕੰਪਲੀਟ ਤੌਰ ਤੇ ਬਹੁਤ ਹੀ ਖੂਬਸੂਰਤ ਪ੍ਰੀਵੀਅਸ ਈਅਰ ਔਰ ਜ਼ਬਰਦਸਤ ਤਰੀਕੇ ਦੀ ਬੁੱਕ ਹੋਏਗੀ ਤੁਹਾਨੂੰ ਬਹੁਤ ਮਜ਼ਾ ਦੇਵੇਗੀ ਠੀਕ ਹੈ ਚਲੋ ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਸਕਰੀਨ ਤੇ ਫਰੇਮ ਦਿੱਤਾ ਹੋਇਆ ਹੈ ਇਹਦੇ ਵਿੱਚ ਦਿੱਤਾ ਹੈ ਕਿ ਆਲਟਰਨੇਟ ਵਿੱਚ ਕਲੋਜ਼ਲੀ ਰਿਸੈਂਬਲ ਟੂ ਦਾ ਵਾਟਰ ਇਮੇਜ ਟੂ ਦਾ 기ਵਨ ਦੇਖੋ ਹੁਣ ਮੈਂ ਤੁਹਾਨੂੰ ਟ੍ਰਿਕ ਦੱਸਾਂਗਾ ਕੱਲ੍ਹ ਵਾਲੀਆਂ ਟ੍ਰਿਕਸ ਚੱਲਣਗੀਆਂ ਬਸ ਕੁਝ ਵੀ ਤੁਸੀਂ ਨਹੀਂ ਇਦਾਂ ਇਮੇਜਿਨੇਸ਼ਨ ਕਰਨਾ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਐਜ਼ ਇਟ ਇਸ ਯਾਦ ਰੱਖੋਗੇ ਐਜ਼ ਇਟ ਇਸ ਯਾਦ ਰੱਖੋਗੇ ਲਾਈਕ ਦੇਖੋ ਜੇ ਆਪਾਂ ਗੱਲ ਕਰੀਏ 8 ਹੈ 8 ਆਲਵੇਸ ਸੇਮ ਰਹੇਗਾ ਇਹਨਾਂ ਬਾਰੇ ਫੋਕਸ ਨਹੀਂ ਕਰਨਾ ਤੁਸੀਂ ਫੋਕਸ ਕਰਨਾ ਹੈ ਅਲਫਾਬੈਟ ਤੇ ਹੁਣ ਇੱਥੇ AP ਹੈ ਜਦੋਂ ਆਪਾਂ ਇਸ ਪੀ ਨੂੰ ਕੀ ਕਰ ਦਾਂਗੇ ਉਲਟਾ ਕਰ ਦਾਂਗੇ ਤਾਂ ਬਹਿਰ ਹਾਲ ਇਹ ਇੰਜ ਕਰਕੇ ਐ ਬਣ ਜਾਏਗਾ ਬਣ ਜਾਏਗਾ ਇਸ ਕੇਸ ਤੇ ਆਪਾਂ ਕਹਿ ਸਕਦੇ ਆ ਕਿ ਆਪਣਾ ਪੀ ਬਿਲਕੁਲ ਠੀਕ ਠਾਕ ਹੈ ਅਖੀਰਲਾ ਆਪਣੇ ਕੋਲੇ 9 9 ਹੈ ਨਾ ਤੇ 9 ਆਪਣੇ ਕੋਲੇ ਰਹਿ ਜਾਏਗਾ ਐ ਕਰਕੇ ਮੇਰੀ ਗੱਲ ਸਮਝ ਪਾ ਰਹੇ ਹੋ ਮੈਂ ਕੀ ਕਹਿ ਰਿਹਾ ਹਾਂ ਇਸ ਕਰਕੇ ਰਹਿ ਜਾਏਗਾ ਤਾਂ ਗਾਇਜ਼ ਆਪਾਂ ਦੋ ਨਤੀਜਿਆਂ ਤੇ ਪਹੁੰਚਾਂਗੇ ਇਸ ਨਤੀਜੇ ਤੇ ਪਹੁੰਚਾਂਗੇ ਕਿ ਆਪਣੇ ਕੋਲੇ অপਸ਼ਨ ਨੰਬਰ ਦੂਜਾ ਤਾਂ ਹੋ ਨਹੀਂ ਸਕਦਾ ਗੈਟਿੰਗ ਮਾਈ ਪੁਆਇੰਟ ਕਿਉਂਕਿ ਇਹਦੇ ਅਖੀਰ ਦੇ ਵਿੱਚ ਇੰਜ ਦੇ ਰੱਖਿਆ ਤੇ ਇਹ ਤਾਂ ਮਤਲਬ ਹੀ ਨਹੀਂ ਹੈ ਬਣੇਗਾ ਤੇ ਇੰਜ ਬਣੇਗਾ ਨਾ ਸੋ ਦੈਟ ਕਿ ਅਗਰ ਇਹ ਵਾਲਾ ਇਹ ਕੇਸ ਤੇ ਬਣੇਗਾ ਤਾਂ ਆਪਸ਼ਨ ਨੰਬਰ ਸਾਡੇ ਕੋਲ ਤੀਜਾ ਵੀ ਨਹੀਂ ਹੋਏਗਾ ਤਾਂ ਨਾਓ ਵੀ ਹੈਵ ਏ ਓਨਲੀ ਟੂ ਆਪਸ਼ਨ ਆਪਸ਼ਨ ਨੰਬਰ ਫਸਟ ਐਂਡ ਆਪਸ਼ਨ ਨੰਬਰ 4 ਸੋ ਵੀ ਹੈਵ ਟੂ ਆਪਾਂ ਚੈੱਕ ਕਰਨਾ ਆ ਕਿ ਇਹਦੇ ਚੋਂ ਕਿਹੜਾ ਆਪਸ਼ਨ ਬਿਲਕੁਲ ਸਹੀ ਔਰ ਠੀਕ ਇੱਕਦਮ ਬੈਠੇਗਾ ਚਲਿਏ ਗਾਇਜ਼ ਹੁਣ ਦੇਖੋ ਕੁਝ ਵੀ ਤੁਸੀਂ ਚੈੱਕ ਕਰ ਸਕਦੇ ਹੋ ਜ਼ਰੂਰੀ ਹੈ ਕਿ ਹਰ ਨੂੰ ਕਲੀਅਰ ਕਰੋ ਤੁਸੀਂ ਦੇਖੋ ਵੀ ਤੁਹਾਡੇ ਕੋਲੇ 99 ਸੇਮ ਹੈ ਜੈਡ ਤੋਂ ਪਤਾ ਲੱਗ ਜਾਏਗਾ ਹੁਣ ਤੁਹਾਡੇ ਕੋਲੇ ਜੈਡ ਹੈ ਤਾਂ ਠੀਕ ਹੈ ਔਰ ਇਹਨੂੰ ਆਪਾਂ ਚੁੱਕ ਕੇ ਕਰਾਂਗੇ ਤਾਂ ਇਹ ਨੀਚੋਂ ਆਏ ਕਰਕੇ ਔਰ ਫਿਰ ਇਸਨੇ ਕੰਪਲੀਟ ਤੌਰ ਤੇ ਆਪਾਂ ਜੀ ਡਿਸਕਸ ਕਰਦੇ ਹਾਂ ਕਿ ਬਾਈ ਦਾ ਵੀ ਇਹ ਵਾਲੇ ਨਾ ਇਹ ਵਾਲਾ ਇੰਜ ਚਲਾ ਜਾਏਗਾ ਤੁਹਾਡੇ ਕੋਲੇ ਇੰਜ ਚਲਾ ਜਾਏਗਾ ਮੇਰੀ ਗੱਲ ਸਮਝ ਪਾ ਰਹੇ ਹੋ ਨਾ ਇੰਜ ਚਲਾ ਜਾਏਗਾ ਹੁਣ ਇਹ ਕਿਸ ਚਲਾ ਜਾਏਗਾ ਤਾਂ ਬਿਲਕੁਲ ਜੈਡ ਦਾ ਜੈਡ ਕਦੀ ਵੀ ਸੇਮ ਨਹੀਂ ਰਹੇਗਾ z ਦਾ z ਸੇਮ ਕਦੇ ਵੀ ਨਹੀਂ ਰਹੇਗਾ ਤਾਂ ਇਹ ਵਾਲਾ ਵੀ ਆਊਟ ਹੋ ਗਿਆ ਤੇ ਸਾਡੇ ਕੋਲੇ ਕੀ ਬਚਿਆ ਸਾਡੇ ਕੋਲੇ ਬਚਿਆ অপਸ਼ਨ ਨੰਬਰ 4 મતલਬ b will be கரெક્ટ ਚੁਆਇਸ ਠੀਕ ਹੈ اچھا ਨਾ ਵੈਰੀ ਗੁੱਡ ਬਹੁਤ ਅੱਛੇ ਹੈ ਵੈਰੀ ਗੁੱਡ ਸ਼ਾਬਾਸ਼ ਬਿਲਕੁਲ 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 ਸਹੀ ਹੈ ਤਾਂ ਗਾਇਸ ਆਈ ਥਿੰਕ ਤੁਹਾਨੂੰ ਇਹ ਕੁਐਸਚਨ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਆਪਾਂ ਵਧਦੇ ਹਾਂ ਅਗਲੇ ਕੁਐਸਚਨ ਵੱਲ ਔਰ ਤੁਸੀਂ ਵੀ ਮੇਰੇ ਨਾਲ-ਨਾਲ ਵਧੋ ਅਗਲੇ ਕੁਐਸਚਨ ਵੱਲ ਠੀਕ ਹੈ ਕੁਐਸਚਨ ਨੰਬਰ 2 ਹੈ ਇਹੇ ਕੁਐਸਚਨ ਸੇਮ ਟੂ ਸੇਮ ਹੈ ਇਹੇ ਵਾਲਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪ੍ਰੀਵੀਅਸ ইয়ার ਪੁੱਡਾ পেপার ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀਗਾ ਠੀਕ ਹੈ ਜ਼ਰੂਰੀ ਇਹ ਨਹੀਂ ਹੈ ਕਿ ਮੈਂ ਇੱਥੇ ਤੁਹਾਨੂੰ ਦੱਸ ਰਿਹਾ ਕਿ ਇਹ ਕੁਐਸਚਨ ਫੇਰ ਆਏਗਾ ਬਲਕਿ ਇੰਪੋਰਟੈਂਟ ਇਹ ਹੈ ਕਿ ਸਾਨੂੰ ਇਹੋ ਜਿਹੀ ਕੁਐਸਚਨ ਤੇ ਇਮੇਜੀਨੇਸ਼ਨ ਅਤੇ ਪਕੜ ਬਣਾਉਣੀ ਹੋਰ ਵੀ ਜ਼ਰੂਰੀ ਹੈ ਚਲੋ ਗਾਇਸ ਦੇਖੋ V ਹੈ ਨਾ V V ਕੀ ਹੋ ਜਾਏਗਾ ਇੰਜ ਕਰਕੇ ਐ ਹੋ ਜਾਏਗਾ ਵੀ ਕਲੀਅਰ ਗੱਲ ਸਮਝ ਪਾ ਰਹੇ ਹੋ ਅਗਰ ਇਹ ਪ੍ਰਕਿਰਿਆ V ਦੀ ਹੋਏਗੀ ਤਾਂ V ਚਾਰਾਂ ਦੇ ਵਿੱਚ ਬਿਲਕੁਲ ਸੇਮ ਹੈ ਤੇ ਆਪਾਂ ਕਿਸੇ ਨੂੰ ਵੀ ਐਲਮੀਨੇਟ ਗਲਤ ਸਾਬਿਤ ਨਹੀਂ ਕਰ ਸਕਦੇ ਕਿਸ ਨੰਬਰ ਨੈਕਸਟ ਆਜੋ ਆਪਣੇ ਕੋਲੇ ਨੈਕਸਟ ਕੇਸ ਅਗਰ ਆਪਾਂ ਬੈਕ ਸਾਈਡ ਤੇ ਚਲਦੇ ਆਂ ਬੈਕ ਸਾਈਡ ਤੇ ਚਲਦੇ ਆ ਤਾਂ ਆਪਣੇ ਕੋਲੇ ਜੋ 6 ਹੈ ਨਾ ਇਹ 6 ਕਿਦਾਂ ਹੋ ਜਾਏਗਾ ਇਸੇ ਨੂੰ ਅਗਰ ਆਪਾਂ ਪਲਟਾ ਦੇਵਾਂਗੇ ਨਾ ਜਦੋਂ ਪਲਟਾ ਦੇਵਾਂਗੇ ਤੇ ਇਹ ਵਾਲਾ ਕੇਸ ਐ ਹੋ ਜਾਏਗਾ ਅਗਰ ਇਹ ਕੇਸ ਇਦਾਂ ਹੋਏਗਾ ਸੋ ਦੈਟ ਸਾਨੂੰ ਇਜ਼ੀਲੀ ਹੋਏਗਾ ਇਹ ਚੀਜ਼ ਫਾਈਂਡ ਆਊਟ ਕਰਨੀ ਕਿ ਅਸੀਂ ਡੈਫੀਨਿਟਲੀ ਦੇਖੋ 6 ਦਾ 9 ਤਾਂ ਬਣੇਗਾ ਨਹੀਂ ਵੀ ਅਗਰ ਇਹ 6 ਹੈ ਤਾਂ 9 ਕਿਸ ਕੇਸ 'ਚ ਬਣੇਗਾ ਮਤਲਬ ਹੀ ਨਹੀਂ ਬਣੇਗਾ ਅਗਰ ਇਹਨੂੰ ਆਪਾਂ ਬਾਈ ਦਾ ਵੀ ਅਗਰ ਇਹਨੂੰ ਮਿਰਰ ਇਮੇਜ ਕਰਦੇ ਵੀ ਸੀਸੇ ਦੀ ਇਮੇਜ ਕਰਦੇ ਤਾਂ ਇਸ ਨੇ ਇਦਾਂ ਪਲਟਾ ਖਾਣਾ ਸੀਗਾ ਲਾਈਕ ਹੈ ਅਗਰ ਆਪਾਂ ਇਹਦਾ ਉੱਪਰਲਾ ਸਿਰਾ ਚੁੱਕ ਕੇ نیچے ਕਰ ਦਾਂਗੇ ਤਾਂ ਦੇਖੋ ਮੈਂ बार-बार ਤੁਹਾਨੂੰ ਇੱਕੋ ਚੀਜ਼ ਕਹਿ ਰਹੇ ਹਾਂ बार-बार ਮੈਂ ਇੱਕੋ ਚੀਜ਼ ਕਹਿ ਰਹੇ ਹਾਂ ਮੰਨ ਲਓ ਬਾਈ ਦਾ ਵੀ ਅਗਰ ਮੇਰੇ ਕੋਲੇ ਇਦਾਂ ਦਾ ਕੁਝ ਵੀ ਕੋਈ ਰੋਡ ਹੈ ਠੀਕ ਹੈ ਰੋਡ ਹੈ ਨਾ ਤਾਂ ਇਹਦਾ ਮੂੰਹ ਰੋਡ ਦਾ ਇੱਧਰ ਹੈ ਤਾਂ ਇਹ ਵਾਟਰ ਇਮੇਜ ਦੇ ਵਿੱਚ ਵੀ ਮੇਰੇ ਦੋਸਤੋ ਇੱਧਰ ਹੀ ਰਹੇਗਾ ਇਹ ਚੀਜ਼ ਇੱਕ ਵਾਰ ਪੱਲੇ ਬੰਨ ਲਓ ਆਪਣੇ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਮਾਈਂਡ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਸੈੱਟ ਕਰੋ ਔਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਦੋਸਤੋ ਆਪਣੀ ਅਪਰੋਚ ਬਹੁਤ ਬੈਸਟ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਕਿ ਤੁਹ ਕੋ ਕੈਲੰਡਰ ਪ੍ਰਕਿਰਿਆ ਦੇ ਅੰਦਰ ਕੈਲੰਡਰ ਦੇ ਅੰਦਰ ਮੈਂ ਤੁਹਾਨੂੰ ਦੱਸਦਾ ਕੀ ਕੈਲੰਡਰ ਨੂੰ ਨਾ ਤੁਸੀਂ ਜਿੰਨਾ ਮਰਜ਼ੀ ਲੋਨ ਕਰ ਸਕਦੇ ਹੋ ਯਾਦ ਕਰ ਸਕਦੇ ਹੋ ਰੈਟਿਫਿਕੇਸ਼ਨ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਕਹੇ ਕਿ ਤੁਸੀਂ ਦੱਸੋ ਵੀ ਦਸੰਬਰ ਦੀ 20 ਤਰੀਕ ਨੂੰ ਕੀ ਕੀ ਦਿਨ ਸੀਗਾ ਕਿਹੜਾ ਦਿਨ ਸੀਗਾ ਤੇ ਕਿਹੜਾ ਵਾਰ ਸੀਗਾ ਬਹੁਤ ਹੀ ਮੁਸ਼ਕਲ ਹੈ ਤੁਸੀਂ ਦੱਸ ਤਾਂ ਦੋਗੇ ਬਟ ਤੁਸੀਂ ਏਦਾਂ ਕਰੋਗੇ ਹਾਂਜੀ ਟੋਟਲ ਅੱਜ ਜਿਵੇਂ 18 ਤਰੀਕ ਹੋਗੀ 18 ਦੇ ਵਿੱਚ 18 ਦਿਨ ਇਹ ਹੋ ਗਈ ਜੀ ਪਿੱਛੇ ਆਪਾਂ ਗਿਣਾਂਗੇ ਜਨਾਬ ਜੀ ਸਾਡੇ ਕੋਲੇ 11 ਦਿਨ ਉਹ ਹੋ ਗਈ ਜੀ ਐਂ ਕਰਕੇ ਜੀ 7 ਨਾਲ ਟੇਬਲ ਕਰ ਦੋ ਦੈਟ ਇਜ਼ ਦਾ ਫੰਡਾ ਆਦਰਵਾਇਜ਼ ਅਗਰ ਤੁਸੀਂ ਇਹ ਤਾਂ ਕਰ ਲਿਆ ਜੇ ਮੈਂ ਤੁਹਾਨੂੰ ਇਹੀ ਪੁੱਛ ਲੰਦਾ ਕਿ ਦਸੰਬਰ ਦੱਸੋ ਭਾਈ ਤੁਸੀਂ 1977 ਦੇ ਵਿੱਚ ਯਾਨੀ ਅਗਰ ਮੈਂ ਕਹਿ ਸਕਦਾ ਕਿ 1977 ਦੇ ਵਿੱਚ ਅਗਰ ਇਹੀ ਤੁਹਾਨੂੰ ਕੁਸ਼ਣ ਆਏ ਪੁੱਛਿਆ ਜਾਵੇ ਕਿ ਲਾਈਕ 16 ਦਸੰਬਰ 1977 7077 ਦੇ ਵਿੱਚ ਕਿਹੜਾ ਵਾਰ ਸੀਗਾ ਤੁਸੀਂ ਦੱਸ ਦੋਗੇ ਬਹੁਤ ਮੁਸ਼ਕਲ ਹੈ ਬਟ ਇਹ ਚੀਜ਼ਾਂ ਮੈਂ ਤੁਹਾਨੂੰ ਸਿਖਾਵਾਂਗਾ ਕਿਉਂਕਿ ਬਹੁਤ ਹੀ ਛੋਟੀ ਜੀ ਗੱਲ ਹੈ ਮੇਰੇ ਪੂਰੀ ਲਾਈਫ ਦਾ ਕੰਪਲੀਟ ਲਾਈਫ ਦਾ ਮੇਰੇ ਕੈਲੰਡਰ ਯਾਦ ਹੈ ਠੀਕ ਹੈ ਤਾਂ ਇਸ ਕਰਕੇ ਮੈਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਬਟ ਇਟ ਟੇਕਸ ਸਮ ਟਾਈਮ ਠੀਕ ਹੈ ਜਲਦੀ ਹੀ ਆਪਾਂ ਚੀਜ਼ਾਂ ਨੂੰ ਕਵਰ ਕਰਾਂਗੇ ਰਾਈਟ ਚਲੋਏ ਕੁਐਸਚਨ ਨੰਬਰ ਨੈਕਸਟ ਆਪਾਂ ਕਵਰ ਕਰਦੇ ਹਾਂ ਚੂਜ਼ ਦਾ ਅਲਟਰਨੇਟਿਵ ਵਿਚ ਇਜ਼ ਕਲੋਜ਼ਲੀ ਰਿਸੈਂਬਲ ਟੂ ਦਾ ਵਾਟਰ ਇਮੇਜ ਟੂ ਦਾ 기ਵਨ ਕੰਬੀਨੇਸ਼ਨ ਸੋ ਆਪਾਂ ਕੀ ਕਰਾਂਗੇ ਕਿ ਕੁਛ ਛੇ ਹੈ ਨਾ ਜੋ 6 ਦੀ ਗੱਲ ਆਪਾਂ ਏਦਾਂ ਸੀਗੀ ਤੇ ਇਹ ਬਿਲਕੁਲ ਹੀ ਆਪਣੇ ਕੋਲੇ ਕੀ ਰਹੇਗਾ ਏਦਾਂ ਬਣ ਕੇ ਰਹੇਗਾ ਤਾਂ ਇਸ ਕੇਸ ਤੇ ਬਣ ਕੇ ਰਹੇਗਾ ਤਾਂ ਆਪਸ਼ਨ ਨੰਬਰ A ਦੋਨੋਂ ਤਾਂ ਆਪਣੇ ਕੋਲੇ ਹੋ ਨਹੀਂ ਸਕਦੇ ਤਾਂ ਆਪਣੇ ਕੋਲੇ ਆਪਸ਼ਨ 2 ਹੋਗੇ ਹੁਣ ਰਹੀ ਗੱਲ 3 ਦੀ ਜੋ ਆਪਣੇ ਕੋਲੇ 3 ਹੈ ਨਾ 36 ਹੈ ਦੇਖੋ 3 ਦਾ ਮਤਲਬ ਕੀ ਰਹੇਗਾ 3 ਨੂੰ ਆਪਾਂ ਚੁੱਕਾਂਗੇ ਤਾਂ 3 ਇੰਚ ਦਾ ਇੰਚ ਹੀ ਰਹੇਗਾ 3 ਇੰਚ ਰਹੇਗਾ ਤਾਂ ਆਪਣੇ ਕੋਲ A ਆਪਸ਼ਨ ਹੋਏਗਾ ਨਹੀਂ ਤਾਂ ਆਪਸ਼ਨ ਨੰਬਰ 2 ਆਟੋਮੈਟਿਕ ਬਚ ਗਿਆ ਵਾ ਤਾਂ ਆਪਾਂ ਕਹਿ ਸਕਦੇ ਹਾਂ ਆਪਣੇ ਵਾਲਾ B ਵਾਲਾ ਆਪਸ਼ਨ ਬਿਲਕੁਲ ਰਾਈਟ ਹੋਏਗਾ ਕਲੀਅਰ ਹੈ ਕੋਈ ਦਿੱਕਤ ਨਹੀਂ ਹੈ ਸਾਰਿਆਂ ਨੂੰ ਸਮਝ ਆ 파 ਰਿਹਾ ਸਭ ਨੂੰ ਸਮਝ ਆ 파 ਰਿਹਾ ਤਾਂ ਪਲੀਜ਼ ਇੱਕ ਵਾਰੀ ਸੈਸ਼ਨ ਸ਼ੇਅਰ ਕਰ ਦਿਓ ਪਲੀਜ਼ ਆਈ ਹੰਬਲ ਰਿਕੁਐਸਟ ਪਲੀਜ਼ ਸ਼ੇਅਰ ਕਰ ਦਿਓ ਯਾਰ ਪਲੀਜ਼ ਕਰ ਦਿਓ ਸ਼ੇਅਰ ਇੱਕ ਵਾਰੀ ਹੋਰ ਠੀਕ ਹੈ ਇੱਕ ਵਾਰੀ ਹੋਰ ਕਰ ਦਿਓ ਬਸ ਇੱਕ ਵਾਰੀ ਇੱਕ ਗੱਲ ਮੰਨੋ ਮੇਰੀ ਪਲੀਜ਼ ਸ਼ੇਅਰ ਕਰ ਦਿਓ ਸਾਰੇ ਸਟੂਡੈਂਟਸ ਠੀਕ ਹੈ ਹਾਂਜੀ ਵੈਰੀ ਗੁੱਡ ਸ਼ਾਬਾਸ਼ ਕੁਐਸਚਨ ਨੰਬਰ ਨੈਕਸਟ ਹੈ ਤੀਜੇ ਤੇ ਤੀਜੇ ਤੇ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਕੋਲੇ ਕੰਪਲੀਟ ਤੌਰ ਤੇ W ਇੱਥੇ ਦਿੱਤਾ ਹੋਇਆ ਇੰਜ ਕਰਕੇ R ਇੱਥੇ ਦਿੱਤਾ ਹੋਇਆ T ਇੱਥੇ ਦਿੱਤਾ ਹੋਇਆ E ਹੁਣ ਦੇਖੋ ਇਸੇ ਈ ਨੂੰ ਜਦੋਂ ਚੁੱਕ ਕੇ ਆਪਾਂ ਕਰਾਂਗੇ ਤਾਂ ਐਜ਼ ਇਟ ਇਜ਼ ਇਹ ਐਜ਼ ਇਟ ਇਜ਼ ਕਿਦਾਂ ਹੋ ਜਾਏਗਾ ਤੁਸੀਂ ਧਿਆਨ ਰੱਖੋ ਕਿ ਇਹ ਵਾਲਾ ਤੁਹਾਡੇ ਕੋਲੇ ਕੇਸ ਆਏ ਬਣੇਗਾ ਇਹ ਵਾਲਾ ਕੇਸ ਅਗਰ ਆਏ ਬਣੇਗਾ ਤਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਆਪਸ਼ਨ ਨੰਬਰ ਪਹਿਲਾ ਤਾਂ ਹੋਏਗਾ ਨਹੀਂ ਆਪਸ਼ਨ ਨੰਬਰ ਏ ਵੀ ਨਹੀਂ ਹੋਏਗਾ ਔਰ ਆਪਸ਼ਨ ਨੰਬਰ ਏ ਵੀ ਨਹੀਂ ਹੋਏਗਾ ਔਰ ਆਪਸ਼ਨ ਨੰਬਰ ਆਟੋਮੈਟਿਕ ਤੀਜਾ ਬਚ ਗਿਆ ਪੂਰਾ ਕਰਨ ਦੀ ਲੋੜ ਹੀ ਨਹੀਂ ਹੈ ਮਤਲਬ ਪਹਿਲਾ ਅਤੇ ਅਖੀਰਲਾ ਚੁੱਕ ਲਓ ਤੁਹਾਡਾ ਕੰਮ ਆਸਾਨ ਹੋ ਜਾਏਗਾ ਮੇਰੀ ਗਾਰੰਟੀ ਹੈ ਇਨ੍ਹਾਂ ਚੀਜ਼ਾਂ ਦੀ ਦੇਸੀ ਦਵਾਈ ਇਹ ਹੀ ਹੈ ਇਹੀ ਦੇਸੀ ਦਵਾਈ ਹੈ ਠੀਕ ਹੈ ਇਦਾਂ ਕਰਕੇ ਨਾ ਪੁੜੀਆਂ ਬਣੀਆਂ ਹੋਈਆਂ ਦੇਸੀ ਦਵਾਈਆਂ ਤੁਸੀਂ ਦੇਸੀ ਦਵਾਈਆਂ ਜਿਵੇਂ ਡਾਕਟਰ ਕਹਿੰਦਾ ਨਾ ਬੇਟੇ ਕਿ ਸਵੇਰੇ ਸ਼ਾਮ ਨੂੰ ਦਵਾਈ ਲੋ ਤੁਹਾਡੀ ਪ੍ਰੋਬਲਮ ਹੈ ਤੁਹਾਡੀ ਜੋ ਤੁਹਾਡੀ ਸਮੱਸਿਆ ਹੈ ਉਹ ਠੀਕ ਹੋ ਜਾਏਗੀ ਇੰਜ ਹੀ ਤੁਹਾਨੂੰ ਮੈਂ ਇਹ ਚੀਜ਼ਾਂ ਦੱਸਾਂਗਾ ਕਿ ਮੇਰਾ ਇਹ ਸੈਸ਼ਨ ਤੁਸੀਂ ਕਿਤੇ ਵੀ ਬੈਠੇ ਹੋ ਕਿਸੇ ਮੇਰੀ ਸ਼ਾਦੀ ਵਿਆਹ ਕਿਤੇ ਵੀ ਗਏ ਹੋ ਫੰਕਸ਼ਨ 'ਚ ਗਏ ਹੋ ਜਾਂ ਚਿੱਲ ਮਾਰਨ ਗਏ ਹੋ ਜਾਂ ਤੁਸੀਂ ਉਹਦੇ ਨਾਲ ਵੀ ਗਏ ਹੋ ਸਮਝ ਚੁੱਕੇ ਹੋ ਨਾ ਤਾਂ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਈਵਨਿੰਗ ਟਾਈਮ ਆਪਣਾ ਸੌਣ ਤੋਂ ਪਹਿਲਾਂ ਸੈਸ਼ਨ ਦੇਖਣਾ ਨਹੀਂ ਭੁੱਲਣਾ ਔਰ ਅਗਰ ਤੁਸੀਂ ਇਹ ਕਹਿ ਰਹੇ ਹੋ ਕਿ ਨਹੀਂ ਜੀ ਅਸੀਂ ਤਾਂ ਇਕੱਠੇ ਹੀ ਦੇਖ ਲਾਂਗੇ ਬਾਅਦ ਦੇ ਵਿੱਚ ਤਾਂ ਤਦ ਤੁਸੀਂ ਯਾਦ ਰੱਖਿਓ ਵੀ ਤੁਹਾਡੇ ਕੰਮ ਤੇ ਇਦਾਂ ਡੇਲੀ-ਡੇਲੀ ਇਹ ਨਾ ਇਦਾਂ ਪੱਥਰ ਡਿੱਗਦੇ ਜਾਣਗੇ ਔਰ ਇਦਾਂ ਇਦਾਂ ਪੱਥਰ ਡਿੱਗਦੇ ਜਾਣਗੇ ਔਰ ਇੰਨਾ ਵੱਡਾ ਬੋਝ ਬਣ ਜਾਏਗਾ ਕਿ ਤੁਸੀਂ ਇਕੱਲਾ-ਇਕੱਲਾ ਚੁੱਕ ਕੇ ਬੋਝ ਨਹੀਂ ਹਟਾ ਸਕੋਗੇ ਸੋ ਦੈਟ ਬਹੁਤ ਈਜ਼ੀ ਹੁੰਦਾ ਹੈ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ ਚੌਥਾ ਆ ਇਹਦਾ ਆਨਸਰ ਕਰਨਾ ਹੈ ਆਪਾਂ ਜਨਰਲੀ ਟਾਸਕ ਹੈ ਕਿ 3 ਨੂੰ ਆਪਾਂ ਚੁੱਕ ਕੇ ਤਰਾਂਗੇ ਤਾਂ ਆਪਣੇ ਕੋਲ 3 ਸੇਮ ਹੀ ਰਹ ਹਾਂਜੀ ਬਾਏ ਦਾ ਵੇ ਉਹ ਸਾਡੇ ਕੋਲ ਇੱਕ ਬਲਕਿ ਵਰਨਿੰਗ ਵੈਬ ਆ ਗਿਆ ਸੀ ਇਸ ਕਰਕੇ ਆਪਾਂ ਉਹ ਕੈਨਸਲ ਕਰਤਾ ਚਲਿਏ ਰਾਈਟ ਹੈ ਤਾਂ ਇਸ ਕੇਸ ਤੇ ਆਪਾਂ ਕਿਸ ਨਤੀਜੇ ਤੇ ਪਹੁੰਚਾਂਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਹ ਦੋਨੋਂ ਆਪਸ਼ਨ ਤਾਂ ਹੋ ਨਹੀਂ ਸਕਦੇ ਹੁਣ ਆਪਣੇ ਕੋਲ ਪਹਿਲੇ ਤੀਜੇ ਚ ਹੋ ਸਕਦਾ ਭਈ ਫਰਸਟ ਚ ਹੋ ਸਕਦਾ ਤਾਂ ਆਪਾਂ ਐਨ ਨੂੰ ਉਲਟਾ ਕਰ ਦਿੰਨੇ ਆ ਭਈ ਐਨ ਨੂੰ ਉਲਟਾ ਕਰਾਂਗੇ ਦੋਸਤੋ ਤਾਂ ਤੁਸੀਂ ਇੱਕ ਚੀਜ਼ ਯਾਦ ਰੱਖੋ ਵੀ ਐਨ ਦੇ ਕੇਸ ਦੇ ਵਿੱਚ ਕਿਹੜੀ ਕੰਡੀਸ਼ਨ ਬਣੇਗੀ ਸਾਡੇ ਕੋਲੇ ਐਨ ਦੇ ਕੇਸ ਚ ਕਿਹੜੀ ਕੰਡੀਸ਼ਨ ਬਣੇਗੀ ਇਹ ਹੀ ਜਾਨਣਾ ਬਹੁਤ ਜ਼ਰੂਰੀ ਹੈ ਇਹਨੂੰ ਜਦੋਂ ਆਪਾਂ ਉਲਟਾ ਕਰਾਂਗੇ ਉਲਟਾ ਕਰਾਂਗੇ ਤਾਂ ਇਹ ਤਾਂ ਸੇਮ ਹੀ ਰਹੇਗਾ ਹੁਣ ਇਹ ਵਾਲੀ ਜਿਹੜੀ ਜਗ੍ਹਾ ਹੈ ਨਾ ਇਹ ਵਾਲੀ ਜਗ੍ਹਾ ਦੀ ਚੇਂਜ ਹੋ ਜਾਏਗੀ ਇਹ ਵਾਲੀ ਜਗ੍ਹਾ ਦੀ ਇੰਜ ਹੋ ਜਾਏਗੀ ਮੇਰੀ ਗੱਲ ਸਮਝ ਪਾ ਰਹੇ ਹੋ ਇਹ ਕਨਸੈਪਟ ਥੋੜਾ ਜਹਾ ਤੁਹਾਨੂੰ ਯਾਦ ਰੱਖਣਾ ਪਏਗਾ ਕਿਉਂਕਿ ਦੇਖੋ ਆਹ ਵਾਲਾ ਸਿਰਾ ਉੱਪਰ ਹੋ ਜਾਏਗਾ ਉੱਪਰ ਹੋ ਜਾਏਗਾ ਤੇ ਇਹਦੇ ਨਾਲ ਹੀ ਜੋੜ ਨਿਕਲ ਜਾਏਗਾ ਔਰ ਇਹ ਵਾਲਾ نیچے ਚਲਾ ਜਾਏਗਾ ਤੇ ਇੱਥੇ ਚਲਾ ਜਾਏਗਾ ਬਸ ਇਮੇਜਿਨੇਸ਼ਨ ਕਰੋ ਤਾਂ ਆਪਸ਼ਨ ਨੰਬਰ ਪਹਿਲਾ ਆ ਜਾਏਗਾ ਤੁਹਾਡੇ ਕੋਲੇ ਠੀਕ ਹੈ ਬਿਲਕੁਲ ਵੈਰੀ ਗੁੱਡ ਬਹੁਤ ਅੱਛੇ ਹੈ ਕਿਉਂਕਿ ਕਯੂ ਦੀ ਪੋਜੀਸ਼ਨ ਗੱਲ ਕਰਦੇ ਆਂ ਦੇਖੋ ਕਯੂ ਇਦਾਂ ਹੁੰਦਾ ਹੈ ਨਾ ਇਸ ਕੇਸ ਤੇ ਆਪਣੇ ਕੋਲ ਸੇਮ ਹੀ ਹੋ ਜਾਏਗਾ ਤਾਂ ਆਪਾਂ অপਸ਼ਨ ਨੰਬਰ ਪਹਿਲਾ ਕਹਿ ਸਕਦੇ ਹਾਂ ਚਲੋ ਨੈਕਸਟ ਆਪਣੇ ਕੋਲ ਪੰਜਵਾਂ ਨੰਬਰ ਕੁਐਸਚਨ ਪੰਜਵੇਂ ਨੰਬਰ ਕੁਐਸਚਨ ਦੇ ਵਿੱਚ ਆਪਾਂ ਦੇਖੋ ਸਭ ਤੋਂ ਪਹਿਲਾਂ ਆਸਾਨੀ ਕੰਮ ਕਿਸ ਲਈ ਕਰਨੀ ਹੈ ਦੇਖੋ ਇੱਕ ਚੀਜ਼ ਹੋਰ ਵੀ ਹੈ ਅੱਖਾਂ ਬੰਦ ਕੇ ਕਨਸੈਪਟ ਕੋਈ ਨਹੀਂ ਕਰਨਾ ਹੁਣ ਦੇਖੋ ਆਪਾਂ ਨੂੰ ਇਹ ਚੀਜ਼ ਦੇਖਣੀ ਹੈ ਕਿ 6 ਨੂੰ ਇਹਨੇ ਬਿਲਕੁਲ ਸੇਮ ਡਾਇਰੈਕਸ਼ਨ ਚ ਦੇ ਰੱਖਿਆ ਤਾਂ ਆਪਾਂ 6 ਤੇ ਫੋਕਸ ਨਹੀਂ ਕਰਾਂਗੇ ਆਪਾਂ D ਤੇ ਫੋਕਸ ਕਰਦੇ ਹਾਂ ਆਪਾਂ D ਤੇ ਫੋਕਸ ਕਰਦੇ ਹਾਂ ਤੇ ਇਹਨੂੰ ਉਲਟਾ ਰੱਖਾਂਗੇ ਤਾਂ D ਇਦਾਂ ਹੀ ਰਹੇਗਾ ਇਸ ਕਰਕੇ ਦੂਜਾ ਅਤੇ ਚੌਥਾ ਤਾਂ অপਸ਼ਨ ਹੋ ਨਹੀਂ ਸਕਦਾ ਦੂਜਾ ਅਤੇ ਚ ਸੋ ਦੈਟ ਕਿ ਆਪਣੇ ਕੋਲੇ ਆਪਸ਼ਨ ਨੰਬਰ ਜਾਂ ਤਾਂ ਪਹਿਲਾ ਆਇਆ ਜਾਂ ਤੀਜਾ ਆਇਆ ਕਲੀਅਰ ਹੈ ਇੱਥੋਂ ਤੱਕ ਸਭ ਸਟੂਡੈਂਟਸ ਨੂੰ ਸਮਝ ਆ ਪਾ ਰਿਹਾ ਬਾਈ ਦਾ ਵੀ ਹੁਣ ਸਾਡੇ ਕੋਲੇ ਜ਼ੈਡ ਦਾ ਡਿਫਰੈਂਸ ਹੈ ਤਾਂ ਆਪਾਂ ਨੂੰ ਜ਼ੈਡ ਨੂੰ ਜਦੋਂ ਚੇਂਜ ਕਰਾਂਗੇ ਨਾ ਦੇਖੋ ਇਹ ਵਾਲਾ ਪਾਸਾ ਕੀ ਹੋ ਜਾਏਗਾ ਇੱਥੇ ਆ ਜਾਏਗਾ ਔਰ ਇਹ ਵਾਲੀ ਜੋ ਸਿਚੁਏਸ਼ਨ ਹੈ ਨਾ ਇਹ ਵਾਲੀ ਸਿਚੁਏਸ਼ਨ ਇੱਧਰ ਆ ਇਹ ਵਾਲੀ ਸਿਚੁਏਸ਼ਨ ਚੇਂਜ ਹੋ ਜਾਏਗੀ ਇੱਧਰ ਆ ਜਾਏਗੀ ਇੰਜ ਕਰਕੇ ਬਸ ਤੁਸੀਂ ਇੰਨੀ ਕਿਉਂਕਿ ਦੇਖੋ ਇੱਥੇ ਜੋੜ ਹੈ ਨਾ ਔਰ ਇੱਥੇ ਜੋੜ ਆ ਜਾਏਗਾ ਸੇਮ ਟੂ ਸੇਮ ਔਰ ਇੱਥੇ ਜੋੜ ਹੈ ਤੇ ਇੱਥੇ ਜੋੜ ਆ ਜਾਏਗਾ ਬਸ ਇਹਨੀ ਪ੍ਰਕਿਰਿਆ ਸਮਝੋ অপশন ਨੰਬਰ ਤੁਹਾਡੇ ਕੋਲੇ ਕਿਹੜਾ ਆ ਗਿਆ ਵਾ ਏ ਵਾਲਾ ਆਨਸਰ ਆ ਗਿਆ ਕਲੀਅਰ ਹੈ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਸਭ ਨੂੰ ਸਮਝ ਆ 파ਰੇ ਕਿਉਂਕਿ ਜੈਡ ਦੀ ਪੋਜੀਸ਼ਨ ਸੇਮ ਟੂ ਸੇਮ ਨਹੀਂ ਹੋਏਗੀ ਸੋ অপশন ਨੰਬਰ ਸੀ ਆਪਾਂ ਟਿਕ ਕਰ ਦਾਂਗੇ ਤੀਜਾ ਬਿਲਕੁਲ ਰਾਈਟ ਆਨਸਰ ਹੈ ਵੈਰੀ ਗੁੱਡ ਬਹੁਤ ਅੱਛਾ ਹੈ ਗਾਇਸ ਬਹੁਤ ਅੱਛੇ ਸ਼ਾਬਾਸ਼ ਤੁਹਾਡਾ ਇੱਕ ਵੀ ਮਾਰਕਸ ਨਹੀਂ ਕੱਟੇਗਾ ਪਟਵਾਰੀ ਦੇ ਵਿੱਚ ਔਰ ਪਟਵਾਰੀ ਦੇ ਵਿੱਚ ਆਪਣਾ ਟਾਰਗੇਟ ਹੈਗਾ ਕਿ ਆਪਾਂ 20 ਦੇ ਵਿੱਚੋਂ 20 ਨੰਬਰ ਪੱਕੇ ਕਰਨੇ ਹਨ ਤਾਂ ਕਿ ਪਟਵਾਰੀ ਦੀ ਅਨਸਰ ਕੀ ਦੇ ਵਿੱਚ ਸਾਡਾ ਸਿੰਗਲ ਕੁਐਸਚਨ ਵੀ ਗਲਤ ਨਹੀਂ ਹੋਏਗਾ ਯਾਰ ਕਮ ਆਨ ਗਾਇਸ ਮੈਂ ਤੁਹਾਨੂੰ ਇਹੀ ਚੀਜ਼ਾਂ ਬਾਰ ਬਾਰ ਸਮਝਾ ਰਿਹਾ ਪਲੀਜ਼ ਫੋਕਸ ਕਰਕੇ ਕੰਮ ਕਰੋ ਜਿੰਨਾ ਵੀ ਹੋ ਸਕਦਾ ਹੈ ਠੀਕ ਹੈ ਵੈਰੀ ਗੁੱਡ ਚੂਜ਼ ਦਾ ਆਲਟਰਨੇਟਿਵ ਵਿਚ ਇਜ਼ ਦਾ ਕਲੋਜ਼ਲੀ ਰਿਸੈਂਬਲ ਟੂ ਦਾ ਵਾਟਰ ਇਮੇਜ ਆਫ ਦਾ 기ਵਨ ਕੰਬੀਨੇਸ਼ਨ 기ਵਨ ਕੰਬੀਨੇਸ਼ਨ ਦੇ ਵਿੱਚ ਡੀ ਆਈ ਇੱਥੇ ਤੁਹਾਨੂੰ ਦੇ ਰੱਖਿਆ ਵਾ ਇਦਾਂ ਕਰਕੇ ਵੱਡੇ ਅੱਖਰਾਂ 'ਚ ਤਾਂ ਡੀ ਦਾ ਡੀ ਸੇਮ ਰਹੇਗਾ ਠੀਕ ਹੈ ਯਾਦ ਰੱਖੋ ਬਹੁਤ ਅੱਛਾ ਕੁਐਸਚਨ ਹੈ ਇੰਪੋਰਟੈਂਟ ਹੈ ਇੰਪੋਰਟੈਂਟ ਹੈ ਜ਼ਬਰਦਸਤ ਕੁਐਸਚਨ ਹੋਏਗਾ ਤੁਹਾਡੇ ਕੋਲੇ ਤਾਂ ਦੇਖੋ ਯਾਰ ਸੀ ਤਾਂ ਆਉਣ ਦਾ ਪਹਿਲਾ ਮਤਲਬ ਹੀ ਨਹੀਂ ਕੋਈ ਹੈ ਭਈ ਸੀ ਆਉਣ ਦਾ ਮਤਲਬ ਹੀ ਨਹੀਂ ਹੈ ਜਾਂ ਤਾਂ ਤੀਜਾ ਹੈ ਚੌਥਾ ਹੈ ਹੁਣ ਅੰਤ ਵਿੱਚ ਸੀ ਅਤੇ ਸੀ ਦਾ ਸੀ ਰਹੇਗਾ ਆਪਾਂ ਪਲਟਾ ਕਿੱਥੋਂ ਖਾਏਗਾ ਪਲਟਾ ਖਾਏਗਾ ਐਸ ਤੋਂ ਭਈ ਐਸ ਤੋਂ ਪਲਟਾ ਖਾਏਗਾ ਤੇ ਇਹ ਵਾਲੀ ਸਿਚੁਏਸ਼ਨ ਹੈ ਨਾ ਇਹ ਵਾਲੀ ਇੰਜ ਕਰਕੇ ਇੰਜ ਹੋ ਜੇਗੀ ਉਲਟੀ ਹੋ ਜੇਗੀ ਜਸਟ ਬਸ ਹੋਰ ਕੁਝ ਨਹੀਂ ਹੈ ਔਰ ਇਸ ਸਥਿਤੀ ਤੇ ਉਲਟੀ ਹੋਏਗੀ ਤਾਂ ਮੈਨੂੰ ਲੱਗਦਾ ਆਪਸ਼ਨ ਨੰਬਰ ਤੀਜਾ ਬਿਲਕੁਲ ਜਸਟੀਫਿਕੇਸ਼ਨ ਦੇ ਰਿਹਾ ਬਲਕਿ ਐਸ ਦਾ ਐਸ ਸੇਮ ਨਹੀਂ ਹੋਏਗਾ ਐਸ ਦਾ ਐਸ ਸੇਮ ਨਹੀਂ ਹੋਏਗਾ ਇਹ ਚੀਜ਼ਾਂ ਯਾਦ ਰੱਖਣੀਆਂ ਹੈ ਇੱਕ ਦੋ ਵਾਰ ਪਲੀਜ਼ ਤੁਸੀਂ ਨਾ ਐਂ ਵੀ ਜੇ ਤੁਹਾਨੂੰ ਥੋੜਾ ਜਿਹਾ ਭਲੇਖਾ ਲੱਗਦਾ ਤੇ ਇੱਕ ਪੇਜ ਤੇ ਲਿਖੋ ਸਾਰੇ ਅਲਫਾਬੈਟ ਔਰ ਚੁੱਕ ਕੇ ਨਾ ਐਂ ਕਰੋ ਕਿ ਤੁਹਾਡੇ ਪਾਣੀ ਪਾਣੀ ਪੂਣੀ ਭਰ ਲਓ ਕੋਈ ਲਾਗੇ ਉਹਦੇ ਚ ਦੇਖ ਲਓ ਜਸਟ ਇਸ ਸਿੰਪਲ ਕੁਐਸਚਨ ਹੈ ਠੀਕ ਹੈ ਚਲੋ ਜੀ ਵੈਰੀ ਗੁੱਡ ਬਹੁਤ ਅچھے ਹੈ ਹੁਣ ਦੇਖੋ ਥੋੜਾ ਜਿਹਾ ਜਦੋਂ ਸਾਨੂੰ ਇਮੇਜ ਤੇ ਕੁਐਸਚਨ ਬਣਾ ਕੇ ਦਿੱਤਾ ਜਾਏਗਾ ਇਹਨਾਂ ਨੇ ਕਿਹਾ ਕਿ ਵੀ ਕਰੈਕਟ ਇਮੇਜ ਦੱਸਣੀ ਹੈ ਠੀਕ ਹੈ 4 ਇਮੇजेस ਦੇ ਵਿੱਚੋਂ ਅਗਰ ਸਾਡੇ ਕੋਲੇ ਇਹ ਪਰਟੀਕੂਲਰ ਕੁਐਸਚਨ ਦੇ ਵਿੱਚ ਐਦਾਂ ਇਮੇਜ ギਵਨ ਹੈ ਤਾਂ ਆਪਾਂ ਇਸ ਕੇਸ ਤੇ ਕੀ ਕੰਮ ਕਰਾਂਗੇ ਜੋ ਕਿ ਸਾਡੇ ਲਈ ਹੋਰ ਵੀ ਈਜ਼ੀ ਅਤੇ ਆਸਾਨ ਬਣ ਜਾਏ ਠੀਕ ਹੈ ਯੈਸ ਗਾਇਸ ਹੁਣ ਥੋੜਾ ਜਿਹਾ ਟਾਸਕ ਨੂੰ ਆਪਾਂ ਨੂੰ ਸਮਝਣਾ ਪਏਗਾ ਅਗਰ ਅਸੀਂ ਸਮਝਾਂਗੇ ਤਾਂ ਆਦੀ ਆਏਗਾ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਸਮਝਾਉਣਾ ਹੈ ਕਿ ਅਗਰ ਮੈਂ ਤੁਹਾਨੂੰ ਪੂਰਾ ਪ੍ਰੋਪਰ ਸਮਝਾ ਦਿੰਦਾ ਕਿ ਮੇਰੇ ਕੋਲੇ ਇੰਜ ਬਾਕਸ ਹੈ ਤਾਂ ਡੈਫੀਨੇਟਲੀ نیچے ਵੀ ਤਾਂ ਬਾਕਸ ਆਏਗਾ ਭਈ نیچے ਬਾਕਸ ਦਾ ਬਾਕਸ ਆ ਜਾਏਗਾ ਇਸ ਕੇਸ ਤੇ ਸਮਝ ਪਾ ਰਹੇ ਹੋ ਠੀਕ ਹੈ ਹੁਣ ਅਗਰ ਮੈਂ ਇੱਥੇ ਕੋਈ ਵੀ ਐਦਾਂ ਕਰਕੇ ਇੱਕ ਸਿੰਬਲ ਦਿੰਦਾ ਹੈ ਇੰਜ ਕਰਕੇ ਠੀਕ ਹੈ ਸਿੰਬਲ ਦਿੰਦਾ ਹੈ ਤਾਂ ਹੁਣ ਇਹ ਇਹਦੀ ਇਮੇਜਿਨੇਸ਼ਨ ਕਿੱਦਾਂ ਬਣੇਗੀ ਵੀ ਆਹ نیچے ਵਾਲਾ ਪਾਸਾ ਨੇ ਤਾਂ ਸੇਮ ਦਾ ਸੇਮ ਪਾਸੇ ਰਹੇਗਾ ਆਜ ਜਾਏਗਾ ਆ ਨੀਚੇ ਆ ਜਾਏਗਾ ਤੇ ਇਹਨੇ ਇਧਰ ਦਾ ਇਧਰ ਰਹਿ ਜਾਣਾ ਬਸ ਜਿੱਧਰ ਫੇਸ ਹਨ ਉਧਰ ਹੀ ਹੋ ਜਾਣਾ ਹੁਣ ਮੈਨੂੰ ਦੱਸੋ ਵੀ ਇਸ ਫੇਸ ਦੇ ਵਿੱਚ ਆਹ ਤਾਂ ਚੀਜ਼ ਹੋਏਗੀ ਨਹੀਂ ਆ ਵੀ ਨਹੀਂ ਹੋਏਗੀ ਬਾਏ ਦਾ ਵੇ ਆ ਵੀ ਨਹੀਂ ਹੋਏਗੀ ਹਾਂ ਬਿਲਕੁਲ ਬਿਲਕੁਲ ਸੌਰੀ ਫॉर दैट ਤੀਜਾ ਹੋ ਸਕਦਾ ਤੀਜਾ ਹੋ ਸਕਦਾ ਆਮ ਆਮ ਸੌਰੀ ਠੀਕ ਹੈ ਚੌਥਾ ਨਹੀਂ ਹੋਏਗਾ ਇਹਦਾ ਮਤਲਬ ਇਹ ਹੋ ਗਿਆ ਵੀ ਜਾਂ ਤਾਂ ਸਾਡੇ ਕੋਲੇ ਦੋ ਚੀਜ਼ਾਂ ਜਾਂ ਤਾਂ ਪਹਿਲਾ ਆਨਸਰ ਹੈ ਜਾਂ ਤੀਜਾ ਆਨਸਰ ਇਸ ਚੀਜ਼ ਤੇ ਤਾਂ ਅਸੀਂ ਪਹੁੰਚ ਚੁੱਕੇ ਹਾਂ ਦੂਜਾ ਹੋ ਨਹੀਂ ਸਕਦਾ ਦੂਜਾ ਨਹੀਂ ਹੋ ਸਕਦਾ ਸ਼ੋਰ ਹੈ ਚੌਥਾ ਨਹੀਂ ਹੋ ਸਕਦਾ ਸ਼ੋਰ ਹੈ ਕਲੀਅਰ ਹੋ ਗਈ ਚੀਜ਼ ਇਕ ਚਲੋ ਹੁਣ ਇਸ ਤੋਂ ਬਾਅਦ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕੇਸ ਦਿੱਤਾ ਇਹਦੇ ਵਿੱਚ ਇਹਨਾਂ ਨੇ ਇੱਕ ਕੇਸ ਇੰਜ ਦਿੱਤਾ ਹੋਇਆ ਹੈ ਵੀ ਐਂ ਕਰਕੇ ਇਹਨਾਂ ਨੇ ਇੱਕ ਟ੍ਰਾਇੰਗਲ ਬਣਾ ਰੱਖਿਆ ਠੀਕ ਹੈ ਇੱਕ ਟ੍ਰਾਇੰਗਲ ਬਣਾ ਰੱਖਿਆ ਤਾਂ ਇਸ ਕੇਸ ਦੇ ਵਿੱਚ ਟ੍ਰਾਇੰਗਲ ਦਾ ਟ੍ਰਾਇੰਗਲ ਕੀ ਰਹੇਗਾ ਸੇਮ ਰਹੇਗਾ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਤਾਂ ਆਪਾਂ ਪਹਿਲੇ ਅਤੇ ਤੀਜੇ ਦੇ ਵਿੱਚ ਸੇਮ ਹੀ ਚੀਜ਼ਾਂ ਰਹਿਣਗੀਆਂ ਕੋਈ ਸ਼ੱਕ ਨਹੀਂ ਹੈ ਇਸ ਚੀਜ਼ ਤੇ ਅੱਛੇ ਤਰੀਕੇ ਨਾਲ ਸਬਸਟੂਡੈਂਟਸ ਨੂੰ ਪਤਾ ਲੱਗ ਚੁੱਕਿਆ ਹੈ ਬਾਏ ਦਾ ਵੀ ਬਾਈ ਦਾ ਵੇ ਡਿਫਰੈਂਸ ਸਾਡੇ ਕੋਲੇ ਕਿੱਥੇ ਨਿਕਲੇਗਾ ਕਿ ਇਹਨਾਂ ਨੇ ਇੱਕ ਇਥੋਂ ਐ ਕਰਕੇ ਨਾ ਤੇ ਇੰਜ ट्रायंगल ਦੇ ਰੱਖਿਆ ਇਹ ਵਾਲਾ ਤਾਂ ਇਹ ट्रायंगल ਵੀ ਸੇਮ ਟੂ ਸੇਮ ਇੰਜ ਰਹੇਗਾ ਕੋਈ ਸ਼ੱਕ ਨਹੀਂ ਹੈ ਚਲੋ ਹੁਣ ਇਸ ਤੋਂ ਅੱਗੇ ਨਿਕਲਦੇ ਹਾਂ ਇਸ ਤੋਂ ਅੱਗੇ ਪ੍ਰਕਿਰਿਆ ਨਿਕਲਦੇ ਹਾਂ ਤੇ ਇਹਦੇ ਵਿੱਚ ਇਹਨਾਂ ਨੇ ਇੰਜ ਲਾਈਨਾਂ ਦੇ ਰੱਖੀਆਂ ਦੋਸਤੋ ਐਂ ਲਾਈਨਾਂ ਦੇ ਰੱਖੀਆਂ ਇਹਨਾਂ ਨੇ ਹੁਣ ਇਹ ਲਾਈਨਾਂ ਕਿੱਥੇ ਚਲੀਆਂ ਜਾਣਗੀਆਂ نیچے ਐਂ ਚਲੀਆਂ ਜਾਣਗੀਆਂ ਵੀ ਉੱਪਰ ਵਾਲੀਆਂ نیچے ਚਲੀਆਂ ਜਾਣਗੀਆਂ ਤੇ ਉੱਪਰ ਵਾਲੇ ਨੀਚੀਆਂ ਚਲੇ ਜਾਣੀਆਂ ਬਟ ਤੁਸੀਂ ਤੀਜੇ 'ਚ ਦੇਖੋਗੇ ਨਾ ਤੇ ਤੀਜੇ ਦੇ ਵਿੱਚ ਜੋ ਲਾਈਨਾਂ ਦੇ ਰੱਖੀਆਂ ਉਹ ਐ ਕਰਕੇ ਐਂ ਦੇ ਰੱਖੀਆਂ ਉਹਨਾਂ ਨੇ ਇਹ ਆਹ ਵਾਲੀਆਂ ਇਹਨਾਂ ਦਾ ਤਾਂ ਕੋਈ ਰੂਲ ਹੀ ਨਹੀਂ ਹੈ ਨਾ ਦੱਸੋ ਇਹਦੇ ਨਾਲ ਹੀ ਮੈਚ ਕਰ ਰਹੀ ਹੈ ਤਾਂ ਮਤਲਬ ਨਹੀਂ ਹੈ ਤੇ ਇਹਦਾ ਮਤਲਬ অপਸ਼ਨ ਨੰਬਰ A ਬਿਲਕੁਲ ਸਾਡਾ ਰਾਈਟ ਬਚ ਗਿਆ ਅਸੀਂ ਗਲਤ ਕਰਨਾ ਕੁਐਸਚਨ ਨੂੰ ਨਹੀਂ ਬਲਕਿ ਗਲਤ অপਸ਼ਨ ਚੂਜ਼ ਕਰ ਦੋ ਤੁਹਾਡਾ ਆਨਸਰ ਆਟੋਮੈਟਿਕਲੀ ਕਰੈਕਟ ਬਚੇਗਾ ਇਹ ਮੇਰੀ ਗਾਰੰਟੀ ਹੈ ਇਹ 2020 ਦੀ ਨਵੀਂ ਤਕਨੀਕ ਹੈ ਬਹੁਤ ਸਾਰੇ ਸਟੂਡੈਂਟਸ ਨੂੰ ਹੋ ਸਕਦਾ 2018 ਤੋਂ ਮੋਡੀਫਿਕੇਸ਼ਨ ਕਰਕੇ ਚੇਂਜ ਕਰਕੇ ਸਮਝ ਚੁੱਕੇ ਹੋਣਗੇ ਤੁਸੀਂ ਕਿਸੇ ਵੀ ਐਗਜ਼ਾਮ 'ਚ ਬੈਠ ਜਿਓ ਤੁਸੀਂ ਰੇਲਵੇ ਦੇ ਪੇਪਰ 'ਚ ਬੈਠ ਜਿਓ ਤੁਸੀਂ ਕਿਸੇ ਵੀ ਪੇਪਰ 'ਚ ਬੈਠ ਜਿਓ ਤੁਹਾਡੇ ਆਨਸਰਸ ਬਿਲਕੁਲ ਸਹੀ ਹੋਣਗੇ ਕਲੀਅਰ ਚਲੋ ਜੀ ਅੱਠਵਾਂ ਕੁਐਸਚਨ ਦੇਖਦੇ ਆਪਾਂ ਬਹੁਤ ਹੀ ਖੂਬਸੂਰਤ ਜਿਹਾ ਕੁਐਸਚਨ ਦੇ ਰੱਖਿਆ ਹੈ ਜਰਾ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਪਵੇਗੀ ਕਿ ਜੋ ਸਾਡੇ ਕੋਲੇ ਇੰਜ ਕਰਕੇ ਇਹਨਾਂ ਨੇ ਦੇ ਰੱਖਿਆ ਦੇਖੋ ਫੇਸ ਤਾਂ ਫੇਸ ਸੇਮ ਰਹੇਗਾ ਇਹਦਾ ਮਤਲਬ ਦੂਜਾ ਤਾਂ ਹੋਏਗਾ ਨਹੀਂ ਚੌਥਾ ਹੋਏਗਾ ਨਹੀਂ ਜਾਂ ਤਾਂ ਪਹਿਲੇ ਜਾਂ ਤੀਜੇ ਦੇ ਵਿੱਚੋਂ ਕੋਈ ਇੱਕ ਆਨਸਰ ਹੋਏਗਾ ਆਪਣੇ ਕੋਲ ਚਲਈਏ ਜੋ ਇਹ ਡੰਡੀ ਹੈ ਇਹ ਡੰਡੀ ਦਾ ਕੇਸ ਹੈ ਤਾਂ ਡੰਡੀ ਦਾ ਕੇਸ ਕੀ ਬਣ ਜਾਏਗਾ ਨਾ ਇਧਰ ਇਹਨਾਂ ਦਾ ਪਿੱਛਾ ਹੈ ਤੇ ਇਧਰ ਅੱਗੇ ਤੇ ਬਸ ਬਿਲਕੁਲ ਸੇਮ ਹੋ ਜੇਗੀ ਆਹ ਕੇਸ ਆਇੰਚ ਲਿਆ ਜਾਏਗਾ ਠੀਕ ਹੈ ਤਾਂ ਦੋਸਤੋ ਇਹਦਾ ਆਨਸਰ ਨੰਬਰ ਸੀ ਬੱਜੇਗਾ ਠੀਕ ਹੈ ਸੀ ਆ ਸੀ ਬਚੇਗਾ ਜਾਂ ਇਹ ਬਚੇਗਾ ਚਲੋ ਜੀ ਸੀ ਬਚੇਗਾ ए बचेगा, बचेगा इधर क्वेश्चन चेक करना पड़ेगा आई थिंक आई थिंक सी ਦੇ ਵਿੱਚ ਥੋੜਾ ਜਿਹਾ ਇੱਥੇ ਦੇਖੋ ਕਿਦਾਂ ਦਾ ਇੱਥੇ ਕੇਸ ਨਹੀਂ મતલਬ ਨਹੀਂ ਜਾਏਗਾ ਤਾਂ অপশন ਨੰਬਰ ए ਬਚ ਗਿਆ ਵਾ ਇਹ ਬਿਲਕੁਲ ਰਾਈਟ ਆਨਸਰ ਹੈ ਬਿਲਕੁਲ ਬਹੁਤ ਬਹੁਤ ਅੱਛੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਤਰੀਕੇ ਨਾਲ ਸਟੂਡੈਂਟ ਸਮਝ ਪਾ ਰਹੇ ਹਨ ਠੀਕ ਹੈ ਹਾਂਜੀ ਬਿਲਕੁਲ ਔਰ ਇਹਨਾਂ ਦੇ ਸਬੰਧ ਵਿੱਚ ਤੁਹਾਨੂੰ ਪੀਡੀਐਫ ਵੀ ਮਿਲੇਗਾ ਜਿੰਨਾ ਸਟੂਡੈਂਟਸ ਕੋਲੇ ਸਬਸਕ੍ਰਿਪਸ਼ਨ ਪਲਾਨ ਹੈ ਉਹਦੇ ਵਿੱਚ ਰਿਵੀਜ਼ਨ ਕਰਨ ਵਾਸਤੇ ਸਾਰੇ ਪੀਡੀਐਫ ਤੁਹਾਨੂੰ ਮਿਲਣਗੇ ਇਹ ਬੜਾ ਨੋਮਾ ਕੁਐਸ਼ਨ ਤੁਸੀਂ ਖੁਦ ਦੱਸਣਾ ਇਹ ਦੋ ਕੁਐਸ਼ਨ ਤੁਹਾਨੂੰ ਮੈਂ ਦੇ ਰਿਹਾ ਪੂਰੇ ਪ੍ਰੈਕਟਿਸ ਅਤੇ 10ਵਾਂ ਕੁਐਸ਼ਨ ਵੀ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਆਨਸਰ ਆਉਣਾ ਚਾਹੀਦਾ ਇਹ ਤੁਹਾਡਾ ਟੈਸਟ ਹੈ ਵੀ ਕਿੰਨੇ ਸਟੂਡੈਂਟਸ ਇਹਦਾ ਸਹੀ ਆਨਸਰ ਕਰ پا ਰਹੇ ਹਨ ਦੋਸਤੋ ਅੱਜ ਦੇ ਸੈਸ਼ਨ 'ਚ ਆਪਾਂ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਅਤੇ ਸੈਸ਼ਨ ਦੇ ਵਿੱਚ ਇੱਕ ਟੌਪਿਕ ਪੂਰਾ ਕੀਤਾ ਮੈਨੂੰ ਲੱਗਦਾ ਤੁਹਾਨੂੰ ਪੂਰਾ ਮਜ਼ਾ ਆਇਆ ਹੋਵੇਗਾ ਮਿਲਦੇ ਹਾਂ ਫਿਰ ਨੈਕਸਟ ਸੈਸ਼ਨ 'ਚ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ